ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ ਜਿਸ ਵੇਲੇ ਹੱਡਚੀਰਵੀ ਠੰਡ ਵਿੱਚ ਸਿੰਘੂ ਟਿਕਰੀ ਬਾਰਡਰ ਤੇ ਕਿਸਾਨ ਡਟੇ ਹੋਣ ਅਸੀਂ ਸਵਾਲ ਪੁੱਛ ਰਹੇ ਹੁਈਏ ਕਿ ਸਰਕਾਰ ਤਿੰਨੇ ਖੇਤੀ ਕਾਨੂੰਨ ਵਾਪਸ ਲਵੇਗੀ ਕਿ ਨਹੀਂ ਜਾਂ ਇਉਂ ਕਹਿ ਲਓ ਜਿਸ ਵੇਲੇ ਅਮਰੀਕਾ ਦੀ ਰਾਜਧਾਨੀ ਵਿੱਚ ਫੌਜ ਲੱਗੀ ਹੋਵੇ ਤੇ ਖਤਰਾ ਇਹ ਹੋਵੇ ਕਿ ਕੋਈ ਹਥਿਆਰਬੰਦ ਰਾਜਪਲਟਾ ਕਰਨ ਵਾਲੀ ਭੀੜ ਨਾ ਆ ਜਾਵੇ ਅਸੀਂ ਸਵਾਲ ਪੁੱਛ ਰਹੇ ਹੁਈਏ ਕਿ ਨਵਾਂ ਰਾਸ਼ਟਰਪਤੀ ਅਮਨ ਅਮਾਨ ਨਾਲ ਸੋਚ ਉਕਲਵੇਗਾ ਤੇ ਪੁਰਾਣੇ ਨੂੰ ਉਹਦੇ ਕੀਤੇ ਦੀ ਕੋਈ ਸਜ਼ਾ ਮਿਲੇਗੀ ਕਿ ਨਹੀਂ ਤਾਂ ਅਸੀਂ ਅਸਲ ਵਿੱਚ ਕੁਝ ਵੱਡੇ ਸਵਾਲ ਪੁੱਛ ਰਹੇ ਹੁੰਦੇ ਆ ਪੁੱਛਦੇ ਅਸੀਂ ਇਹ ਹਾਂ ਕਿ ਖੇਤੀਬیل ਵਾਪਸ ਹੋਣਗੇ ਕਿ ਨਹੀਂ ਵੱਡਾ ਸਵਾਲ ਅਸਲ ਵਿੱਚ ਇਹ ਪੁੱਛ ਰਹੇ ਹੁੰਦੇ ਆ ਕਿ ਦੇਸ਼ ਵਿੱਚ ਲੋਕਤੰਤਰ ਦਾ ਕੀ ਹਾਲ ਹੈ ਇਹਦੇ ਆਧਾਰਿਆਂ ਦਾ ਇੰਸਟੀਚਿਊਸ਼ਨਸ ਦਾ ਕੀ ਹਾਲ ਹੈ ਲੋਕਾਂ ਦੀ ਆਵਾਜ਼ ਦਾ ਮੁੱਲ ਕੀ ਹੈ ਸਾਡੀ ਸੰਘਰਸ਼ੀ ਵਿਰਾਸਤ ਦੇ ਅਸੀਂ ਹੱਕੀ ਮਾਲਕ ਹਾਂ ਕਿ ਨਹੀਂ ਰਿਆਸਤ ਦਾ ਆਪਣਾ ਖਾਸਾ ਕਿ ਹੋ ਗਿਆ ਹਕੂਮਤ ਦੀ ਨੇਚਰ ਕਿਸ ਤਰ੍ਹਾਂ ਦੀ ਹੈ ਲੋਕਾਂ ਦਾ ਤੇ ਰਿਆਸਤ ਦਾ ਰਿਸ਼ਤਾ ਕੀ ਹੋ ਜਾਇਆ ਹੈ ਸੱਤਾ ਕਿੱਥੇ ਰਹਿੰਦੀ ਹੈ ਕਿਤੇ ਠੰਡ ਵਿੱਚ ਇਹਦਾ ਪਤਾ ਤਾਂ ਨਹੀਂ ਬਦਲ ਗਿਆ ਇਹ ਕਿਸੇ ਮਲਕ ਭਾਗੋ ਦੇ ਘਰ ਤਾਂ ਨਹੀਂ ਚਲੀ ਗਈ ਤੇ ਹੁਣ ਤਾਂ ਭਾਈ ਕਿਸਾਨਾਂ ਨੇ ਪਤਾ ਕਰ ਲਿਆ ਕਿ ਮਲਕ ਭਾਗੋ ਹੀ ਆਪ ਕਿਸੇ ਹੋਰ ਦਾ ਗੁਲਾਮ ਹੋ ਗਿਆ ਵੱਡੇ ਸਵਾਲ ਹਨ ਇਸ ਲਈ ਵੱਡੇ ਵਿਦਵਾਨ ਨੂੰ ਮਦੂ ਕੀਤਾ ਸਾਡੇ ਨਾਲ ਜੁੜ ਰਹੇ ਨੇ ਡਾਕਟਰ ਪ੍ਰਮੋਦ ਕੁਮਾਰ ਜੀ ਡਾਕਟਰ ਪ੍ਰਮੋਦ ਕੁਮਾਰ ਆ ਮੈਂ ਡੈਜ਼ਿਗਨੇਸ਼ਨ ਦੱਸ ਸਕਦਾ ਹਾਂ ਇਹ ਇੰਸਟੀਚਿਊਟ ਆਫ ਡਵੈਲਪਮੈਂਟ ਐਂਡ ਕਮਿਊਨੀਕੇਸ਼ਨਜ਼ ਦੇ ਸਰਵੇ ਸਰਵਾਨੇ ਇਹ ਬੜਾ ਵੱਡਾ ਥਿੰਕ ਟੈਂਕ ਹੈ ਨਾਰਥਰਨ ਇੰਡੀਆ ਦੇ ਵਿੱਚ ਖਿਆਲ ਸਾਜੀ ਲਈ ਸਮਝ ਸਾਜੀ ਲਈ ਨੌਲੇਜ ਪ੍ਰੋਡਕਸ਼ਨ ਲਈ ਜਾਣਿਆ ਜਾਂਦਾ ਹੈ ਪਰ ਹੋਰ ਪਹਿਚਾਨਾ ਹੁੰਦੀਆਂ ਨੇ ਇਸ ਕਿਸਮ ਦੇ ਅੰਦੋਲਨਾਂ ਦੀ ਅਸਲੀਅਤ ਨੂੰ ਸਮਝਣਾ ਉਹਦੇ ਖਾਸਿਆਂ ਨੂੰ ਸਮਝਣਾ ਹਕੂਮਤਾਂ ਦੇ ਕੰਮ ਕਰਨ ਦੀਆਂ ਟੰਗਾਂ ਨੂੰ ਉਹਨਾਂ ਟੰਗਾਂ ਦੀਆਂ ਪਰਤਾਂ ਨੂੰ ਸਮਝਣਾ ਇਸ ਸਭ ਦੇ ਨਾਲ ਇਹਨਾਂ ਨੇ ਜੀਵਨ ਪਾਰ ਸਾਥ ਨਿਭਾਇਆ ਤੋਂ ਪ੍ਰੋਫੈਸਰ ਪ੍ਰਮੋਦ ਕੁਮਾਰ ਜੀ ਵਟ ਐਕਸਪਲੇਨਸ ਫਸਟ ਆਫ ਆਲ ਦਿਸ ਮਾਸ ਐਜੀਟੇਸ਼ਨ ਇਹ ਜਿਹੜਾ ਇਨਾ ਵੱਡਾ ਹਜੂਮੀ ਅੰਦੋਲਨ ਹੈ ਇਹ ਪਹਿਲਾਂ ਤਾਂ ਇਸ ਨੂੰ ਐਕਸਪਲੇਨ ਕਰੋ ਤੁਸੀਂ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਮੈਂ ਇਨਾ ਸਾਦਾ ਤੇ ਇਨਾ ਕੰਪਲੈਕਸ ਵਾਲ ਪੁੱਛ ਰਿਹਾ ਤਾਂ ਕਿ ਤੁਸੀਂ ਇੱਕ ਜ਼ਮੀਨ ਨਿਰਧਾਰਿਤ ਕਰ ਦਿਓ ਜਿੱਦੇ ਚ ਫਿਰ ਆਪਾਂ ਅੱਗੇ ਗੱਲਬਾਤ ਕਰੀਏ ਦੇਖੋ ਇਹ ਜਿਹੜਾ ਅੰਦੋਲਨ ਹੈ ਮੈਂ ਪਹਿਲੇ ਵੀ ਕਈ ਜਗ੍ਹਾ ਤੇ ਕਿਹਾ ਹੈ ਕਿ ਇਹ ਕਾਫੀ ਪਹਿਲੇ ਆ ਜਾਣਾ ਚਾਹੀਦਾ ਸੀ ਹੂੰ ਇਹ ਲੇਟ ਆਇਆ ਹੂੰ ਔਰ ਆਇਆ ਠੀਕ ਹੈ ਹੂੰ ਔਰ uh, 1986 ਦੇ ਆਸ-ਪਾਸ ਹਮ ਜਦੋਂ টারਮਸ ਆਫ ਟ੍ਰੇਡ ਐਗਰੀਕਲਚਰ ਦੇ ਉਸ ਤੋਂ ਪਹਿਲੇ ਵੀ ਐਗਰੀਕਲਚਰ ਦੇ ਹੱਕ ਚ ਨਹੀਂ ਰਹੀਆਂ ਸੀ ਔਰ ਤੁਹਾਨੂੰ ਯਾਦ ਹੋਣਾ ਉਦੋਂ ਵੀ ਅਸੀਂ ਡਿਬੇਟ ਕਰਿਆ ਕਰਦੇ ਸੀ ਕਿ ਡਾਈਵਰਸੀਫਿਕੇਸ਼ਨ ਐਗਰੀਕਲਚਰ ਚ ਹੋਣੀ ਚਾਹੀਦੀ ਹੈ ਕਿਸਾਨਾਂ ਦੀ ਇਨਕਮ ਦੀ ਗੱਲ ਹੋਣੀ ਚਾਹੀਦੀ ਹੈ ਫੂਡ ਸਿਕਿਉਰਿਟੀ ਦੇ ਮੁੱਦੇ ਤੇ ਅਸੀਂ ਕੀ ਗੱਲ ਕਰਾਂਗੇ ਇਹ ਸਾਰੇ ਵਿਚਾਰ ਉਦੋਂ ਹੋਇਆ ਕਰਦੇ ਪੁਰਾਣਾ ਵਕਤ ਲੱਗਦਾ ਦੋ ਹਾ ਡੰਕਲ ਯੂਰੂਗਾਇਦੀ ਅਸੀਂ ਗੱਲਾਂ ਕਰਦੇ ਸੀ ਉਦੋਂ ਬਿਲਕੁਲ ਕਰਦੇ ਸੀ ਔਰ ਤੁਹਾਨੂੰ ਯਾਦ ਹੋਏਗਾ ਯੂਰੂਗੇ ਰਾਉਂਡ 1 ਚ ਹਮ ਯੂਐਸਏ ਐਗਰੀਕਲਚਰ ਸੈਕਟਰੀ ਆਫ ਸਟੇਟ ਜான் ਬਲੈਕ ਉਹ ਕਹਿੰਦੇ ਸੀ ਕਿ ਤੁਸੀਂ ਡਾਇਵਰਸੀਫਾਈ ਕਰ ਲਓ ਹੂੰ ਤੇ ਤੁਸੀਂ ਫੂਡ ਗ੍ਰੇਨ ਦੀ ਬਜਾਏ ਤੁਸੀਂ ਕਮਰਸ਼ੀਅਲ ਕ੍ਰੌਪਸ ਉਗਾਇਆ ਕਰੋ ਹੂੰ ਪਰ ਉਸੇ 6 ਮਹੀਨੇ ਤੋਂ ਬਾਅਦ ਹੂੰ ਤੁਹਾਨੂੰ ਯਾਦ ਹੋਏਗਾ ਜੋ ਹੁਲ ਕਮੇਟੀ ਰਿਪੋਰਟ ਆ ਗਈ ਸੀ ਸਾਡੇ ਬਲੈਕ ਸਾਹਿਬ ਡਾਇਵਰਸੀਫਿਕੇਸ਼ਨ ਦੀ ਰਿਪੋਰਟ ਆ ਗਈ ਸੀ ਜੀ ਸੋ ਕ੍ਰਾਈਸਿਸ ਤਾਂ ਉਸ ਵੇਲੇ ਵੀ ਚੱਲ ਰਿਹਾ ਸੀ ਹੂੰ ਤੇ ਮੈਨੂੰ ਇਹ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਪੈਰਾਡਾਈਮ ਸ਼ਿਫਟ ਹੋਣਾ ਸੀ ਹੂੰ ਉਨੇ ਬਾਰੇ ਕੋਈ ਵਿਚਾਰ ਹਮ ਜਾਂ ਚਰਚਾ ਜਾਂ ਸੀਰੀਅਸ ਲੈਵਲ ਪਾਲਿਸੀ ਤੇ ਜਾਂ ਅਦਰਵਾਈਜ਼ ਇੰਟਰਵੈਂਸ਼ਨਸ ਤੇ ਉਹ ਅਸੀਂ ਡਿਲੇ ਕਰਦੇ ਰਹੇ ਤੇ ਅੱਜ ਜਦੋਂ ਇਹ ਅੰਦੋਲਨ ਆਇਆ ਹ ਹ ਤੇ ਮੈਨੂੰ ਲੱਗਦਾ ਵੀ ਇਹਨੇ ਕਈ ਮੁੱਦੇ ਜਿਹੜੇ ਬੜੇ ਸੀਰੀਅਸ ਲੈਵਲ ਦੇ ਮੁੱਦੇ ਸਾਡੇ ਅੱਗੇ ਰੱਖੇ ਨੇ ਉਹ ਜਿਵੇਂ ਤਿੰਨ ਤਰ੍ਹਾਂ ਦੇ ਮੁੱਦੇ ਮੈਂ ਸਮਝਦਾ ਇਹ ਅੰਦੋਲਨ ਅੱਗੇ ਲੈ ਕੇ ਆਇਆ ਸਾਡੇ ਤੇ ਹ ਪਹਿਲਾ ਮੁੱਦਾ ਜਿਹੜਾ ਮੈਨੂੰ ਬਹੁਤ ਸੀਰੀਅਸ ਲੱਗਦਾ ਹੈ ਕਿ ਦੇਸ਼ ਚ ਫੂਡ ਸਿਕਿਉਰਿਟੀ ਹ ਔਰ ਫੂਡ ਸਿਕਿਉਰਿਟੀ ਨਾਲ ਜੁੜਿਆ ਹੋਇਆ ਮੁੱਦਾ ਇਨਕਮ ਰੀਡਿਸਟ੍ਰਿਬਿਊਸ਼ਨ ਦਾ ਅਸੀਂ ਕਈ ਵਾਰ ਕਹਿ ਦਿੰਨੇ ਆ ਕਿ ਸਾਡੇ ਗੋਦਾਮ ਭਰੇ ਹੋਏ ਨੇ ਸਾਡੇ ਗੋਦਾਮ ਭਰੇ ਹੋਏ ਨੇ ਤੇ ਅਸੀਂ ਇਸ ਕਰਕੇ ਅਸੀਂ ਫਸਲਾਂ ਕਿੱਥੋਂ ਕਿਉਂ ਪ੍ਰੋਕਿਊਰ ਕਰੀਏ ਅਸੀਂ ਇਹ ਨਵੀਂ ਫਸਲ ਕਿਉਂ ਲਗਾਈਏ ਵੀ ਗੋਦਾਮ ਭਰੇ ਨੇ ਸੀ ਉਹ ਵੀ ਸੁਣਦੇ ਆ ਕਿ ਲੋਕ ਭੁੱਖੇ ਨੇ ਲੋਕ ਭੁੱਖੇ ਹੈਂਗਰ ਇੰਡੈਕਸ ਜਿਹੜਾ ਉਹ ਲਗਾਤਾਰ ਉਸ ਤਰ੍ਹਾਂ ਆ ਰਿਹਾ ਉਹ ਜਦੋਂ ਅਸੀਂ ਇੱਕ ਪਾਸੇ ਹੈਂਗਰ ਇੰਡੈਕਸ ਉੱਪਰ ਹੈ ਇੱਕ ਪਾਸੇ ਸਾਡੇ ਗੋਦਾਮ ਭਰੇ ਹੋਏ ਨੇ ਇਹ ਇੱਕ ਬੜਾ ਵੱਡਿਆ ਸੀਰੀਅਸ ਮਸਲੇ ਵੱਲ ਇਸ਼ਾਰਾ ਕਰਦਾ ਕਿ ਸਾਡੇ ਇੱਥੇ ਲੋਕਾਂ ਦੇ ਕੋਲ ਪਰਚੇਜ਼ਿੰਗ ਕਪੈਸਿਟੀ ਨਹੀਂ ਕਿ ਫੂਡ ਖਰੀਦ ਸਕਣ ਇਹਦਾ ਮਤਲਬ ਕੀ ਹੈ ਕਿ ਜਦ ਤੱਕ ਲੋਕ ਇਸ ਦੇ ਵਿੱਚ ਮਤਲਬ ਇਹ ਹੈ ਵੀ ਸੇਫਟੀ ਨੈਟ ਹੋਣਾ ਚਾਹੀਦਾ ਕਿ ਚਲੋ ਜਦ ਤੱਕ ਨਹੀਂ ਖਰੀਦ ਸਕਦੇ ਤੇ ਸਰਕਾਰ ਫੂਡ ਸਿਕਿਉਰਿਟੀ ਉਹਨਾਂ ਨੂੰ ਦਵੇ ਤੇ ਇਸ ਵੇਲੇ 70 ਫੀਸਦੀ ਤੱਕ ਲੋਕਾਂ ਨੂੰ ਫੂਡ ਮਿਲਦਾ ਇਸ ਦੇ ਵਿੱਚ ਔਰ ਹੋਰ ਜ਼ਿਆਦਾ ਨੂੰ ਵੀ ਮਿਲਣਾ ਚਾਹੀਦਾ ਜੇ ਲੋੜ ਹੋਵੇ ਤੇ ਮੈਸ ਜੈਟਸ ਆ ਡੇਂਜਰਸ ਫਿਗਰ 30 ਪਰਸੈਂਟ ਦੇਸ਼ ਦੇ ਲੋਕ ਦੋ ਵਕਤ ਦੀ ਰੋਟੀ ਤੋਂ ਬਿਨਾ ਸੌਂਦੇ ਨੇ ਔਰ ਇਹਦੇ ਨਾਲ ਦੂਜਾ ਮੁੱਦਾ ਉਸ ਵੇਲੇ ਉੱਪਰ ਕੇ ਅਗਿਆਇਆ ਸੀਗਾ ਨੈਸ਼ਨਲ ਸਿਕਿਉਰਿਟੀ ਦਾ ਦੀ ਨੈਸ਼ਨਲ ਸੋਵਰਿਨਿਟੀ ਦਾ ਮੁੱਦਾ ਇਹ ਸੀ ਕਿ ਪੀਐਲ 480 ਤੁਹਾਨੂੰ ਯਾਦ ਹੋਏਗਾ ਅਮਰੀਕਾ ਤੋਂ ਮੰਗਾਂਦੇ ਸੀ ਅਮਰੀਕਾ ਤੋਂ ਸੀ ਕਣਕ ਮੰਗਾਂਦੇ ਸੀ ਉਦੋਂ ਮੁੱਦਾ ਇਹ ਆਇਆ ਕਿ ਅਸੀਂ ਸੈਲਫ ਰਿਲਾਈਡ ਹੋਣੇ ਚਾਹੀਦੇ ਆ ਤੇ ਅਸੀਂ ਆਪਣੀ ਫਸਲਾਂ ਆਪਣੀ ਕਣਕ ਖੁਦ ਉਗਾਈਏ ਗ੍ਰੀਨ ਰੈਵਿਊਲੂਸ਼ਨ ਆਇਆ ਅਸੀਂ ਉਹਦੇ ਲਈ ਅਸੀਂ ਆਪਣੀ ਫਸਲ ਫੂਡ ਉਗਾਨ ਲੱਗੇ ਆ ਇਹਦਾ ਮਤਲਬ ਇਹ ਸੀ ਕਿ ਜੇ ਮੈਂ ਇਕਨੋਮਿਕਸ ਦੀ ਟਰਮ ਚ ਕਮਾਂ ਕਿਉਂਕਿ ਮੇਰੇ ਹਿਸਾਬ ਸਿਰ ਫੂਡ ਪੋਲਿਟਿਕਸ ਹੈ ਫੂਡ ਇਕਨੋਮਿਕਸ ਨਹੀਂ ਹੁੰਦਾ ਪਰ ਫਿਰ ਵੀ ਮੈਂ ਥੋੜਾ ਜਿਹਾ ਡਾਇਵਰਸ਼ਨ ਲੈ ਕੇ ਇਹ ਕਹਿ ਦਿੰਦਾ ਕਿ ਜਿਹੜਾ ਉਸਨੇ ਅਸੀਂ ਫੂਡ ਅਸੀਂ ਆਪ ਉਗਾਨ ਲੱਗ ਗਏ ਉਹਦਾ ਪਰਪਸ ਇਹ ਸੀ ਵੀ ਅਸੀਂ ਬੁਝੀਆਂ ਪਾਵਰਸ ਤੇ ਡਿਪੈਂਡ ਨਾ ਕਰੀਏ ਉਹ ਸਾਨੂੰ ਹੋਰ ਬਸਲਾਂ ਲਈ ਸਾਡੇ ਤੇ ਡੋਮੀਨੇਟ ਨਾ ਕਰ ਸਕਣੋਂ ਮੈਨੂੰ ਯਾਦ ਆਉਂਦਾ ਹੈ ਕਿ ਅਮਰੀਕਨ ਸਾਇੰਟਿਸਟ ਨੇ ਪੋਲਿਟਿਕਲ ਸਾਇੰਟਿਸਟ ਨੇ ਇਹ ਕਿਹਾ ਸੀ ਕਿ ਫੂਡ ਇਜ਼ ਅ ਪਾਵਰਫੁਲ ਟੂਲ ਇਨ आवर ਡਿਪਲੋਮੈਟਿਕ ਕਿਟੀ ਸਬ ਵੈਪਨ ਹਥਿਆਰ ਹੈ ਜੇ ਜਿਹਦੇ ਕੋਲ ਫੂਡ ਘਟ ਹੈ ਅਸੀਂ ਉਹਦੇ ਤੋਂ ਕਈ ਗੱਲਾਂ ਹੋਰ ਮਨਵਾ ਸਕਦੇ ਹਾਂ ਬਿਲਕੁਲ ਜਬ ਬੰਬ ਸੁੱਟਾਂਗੇ ਜਾਂ ਉਹ ਕਹਿੰਦੇ ਕਿ ਤੈਨੂੰ ਕਣਕ ਨਹੀਂ ਭੇਜਾਂਗੇ ਤੇ ਮੈਨੂੰ ਹਾਂ ਜਦੋਂ ਮੈਂ ਇਹ ਗੱਲ ਕਹਿੰਦਾ ਤੇ ਮੈਨੂੰ ਅੱਜ ਇਹ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਉਹ ਕਿੰਨੀ ਇੰਪੋਰਟੈਂਟ ਗੱਲ ਸੀ ਸੈਲਫ ਲਾਇੰਟ ਦੀ ਅੱਜ ਅਸੀਂ ਇਹ ਕਹਿੰਦੇ ਆ ਕਿ ਸਾਡੇ ਗੋਦਾਮ ਭਰੇ ਹੋਏ ਨੇ ਤੇ ਬਾਹਰੋਂ ਅਸੀਂ ਫੂਡ ਕਿਸੇ ਵੇਲੇ ਵੀ ਲੈ ਸਕਦੇ ਆ ਅਸੀਂ ਅੱਜ ਪ੍ਰੋਕਿਊਰ ਨਾ ਕਰੀਏ ਤੇ ਮੈਨੂੰ ਲੱਗਦਾ ਕਿਸੇ ਲੈਵਲ ਤੇ ਨੈਸ਼ਨਲ ਸਿਕਿਉਰਿਟੀ ਨੂੰ ਕੰਪਰੋਮਾਈਜ਼ ਕਰ ਰਹੇ ਆ ਔਰ ਫੂਡ ਸਿਕਿਉਰਿਟੀ ਨੂੰ ਕੰਪਰੋਮਾਈਜ਼ ਕਰ ਰਹੇ ਆ ਔਰ ਉਹਦੇ ਨਾਲ ਤੀਜਾ ਮੁੱਦਾ ਜੁੜਿਆ ਹੋਇਆ ਕਿਸਾਨ ਦੀ ਇਨਕਮ ਦਾ ਮੁੱਦਾ ਹੈ ਹਮ ਕਿਸਾਨ ਦੇ ਸਰਵਾਈਵਲ ਦਾ ਮੁੱਦਾ ਹੈ ਖੇਤ ਮਜ਼ਦੂਰ ਦੇ ਸਰਵਾਈਵਲ ਦਾ ਮੁੱਦਾ ਹੈ ਸੋ ਇਹ ਤਿੰਨੋਂ ਮੁੱਦੇ ਜਿਹੜੇ ਨੇ ਜੁੜੇ ਹੋਏ ਨੇ ਤੇ ਇਸੇ ਕਰਕੇ ਮੈਂ ਕਹਿੰਨਾ ਕਿ ਚੰਗੀ ਗੱਲ ਆਪਾਂ ਇਕਨੋਮਿਸਟ ਨਹੀਂ ਨਹੀਂ ਤੇ ਆਪਾਂ ਇਕਨੋਮਿਕਸ ਤੇ ਐਗਰੋ ਇਕਨੋਮਿਕਸ 'ਚ ਹੀ ਰਹਿ ਜਾਣਾ ਸੀ ਕਿ ਕਿੰਨੀ ਪ੍ਰੋਡਕਸ਼ਨ ਹੋਣੀ ਹੈ ਤੇ ਇਕਨੋਮਿਕਸ ਟੂ ਸੀਰੀਅਸ ਆ ਸਬਜੈਕਟ ਹੈ ਇਕਨੋਮਿਸਟ ਕੋਲ ਛੜਨਾ ਹੀ ਨਹੀਂ ਚਾਹੀਦਾ ਹਾਂ ਤੇ ਇਸ ਕਰਕੇ ਇਹ ਪੋਲਿਟਿਕਲ ਇਕਨੋਮੀ ਦਾ ਮੁੱਦਾ ਹੈ ਔਰ ਇਸੇ ਮੈਂ ਇੱਕ ਨਾਲ ਜੁੜਦੀ ਹੋ ਤੁ ਮੈਨੂੰ ਸੁਪਰੀਮ ਕੋਰਟ ਦੀ ਜਿਹੜੀ ਜਜਮੈਂਟ ਆਈ ਨਾ ਬਹੁਤ ਠੀਕ ਲੱਗੀ। ਮੈਨੂੰ ਉਸਾਨਾ ਵਾਲੇ ਮਾਮਲੇ ਤੇ ਹਾਂ ਜੀ ਮੈਨੂੰ ਇਹ ਠੀਕ ਲੱਗੀ ਕਿ ਮੈਂ ਇਹ ਦੇਖਿਆ ਵੀ ਜਿਹੜੀ ਭਾਰਤ ਦੀ ਇੱਕ ਜਦੋਂ 1994 ਤੋਂ ਬਾਅਦ ਅਸੀਂ ਮਾਰਕੀਟ ਰਿਫਾਰਮਸ ਦੀ ਗੱਲ ਕੀਤੀ ਹਾਂ ਾਨੂੰ ਯਾਦ ਆ ਉਦੋਂ ਪ੍ਰਧਾਨ ਮੰਤਰੀ ਉਦੋਂ ਫਾਈਨੈਂਸ ਮਿਨਿਸਟਰ ਸਰਦਾਰ ਮਨਮੋਹਨ ਸਿੰਘ ਹੋਇਆ ਕਰਦੇ ਸੀ ਉਹਨਾਂ ਨੂੰ ਅਸੀਂ ਕ੍ਰੈਡਿਟ ਦਿੰਨੇ ਆ ਇਸ ਗੱਲ ਦਾ ਔਰ ਮੋਦੀ ਜੀ ਨੇ ਉਸੇ ਰਿਫਾਰਮ ਪ੍ਰੋਸੈਸ ਨੂੰ ਬੜਾ ਇਫੈਕਟਿਵਲੀ ਤੇ ਐਫੀਸ਼ੀਐਂਟਲੀ ਇੰਪਲੀਮੈਂਟ ਕਰਨ ਦਾ ਰਿਜ਼ੋਲਵ ਕੀਤਾ ਔਰ ਅੱਗੇ ਲੈ ਕੇ ਗਿਆ ਜੱਜਮੈਂਟ ਕਿਉਂ ਵਧੀਆ ਲੱਗੀ ਉਹ ਦੋਸਤ ਜੱਜਮੈਂਟ ਮੈਂ ਇਸ ਕਰਕੇ ਕਿ ਆ ਵੀ ਰਿਜ਼ੋਲਵ ਕੀਤਾ ਅੱਗੇ ਲੈ ਕੇ ਆਏ ਪਰ ਜਿਹੜੀਆਂ ਸਟੇਟ ਦੀਆਂ ਇੰਸਟੀਚੂਨ ਸੀਗੀਆਂ ਉਹ ਤਿਆਰ ਨਹੀਂ ਸੀ ਹਲੇ ਇਸ ਤਰ੍ਹਾਂ ਦੇ ਰਿਫਾਰਮ ਨੂੰ ਅੱਗੇ ਲਿਆਉਣ ਲਈ ਹੌਲੀ ਹੌਲੀ ਤਿਆਰ ਹੋ ਰਹੀਆਂ ਯੂ ਵੀ ਕੈਗਦਾ ਸੀ ਕੰਟਰੋਲਰ ਆਡੀਟਰ ਜਨਰਲ ਉਹਨਾਂ ਨੇ ਕਈ ਤਰ੍ਹਾਂ ਦੀ ਆਬਜੈਕਟਾਂ ਵਿਚ ਲਾਈਆਂ ਹੁਣ ਹਟ ਗਏ ਨੇ ਹੁਣ ਕੀ ਸਟਾਰ ਨੂੰ ਮੁਸ਼ਕਲਾਂ ਕ੍ਰੀਏਟ ਕਰ ਦਿੱਤੀ ਹੁਣ ਠੀਕ ਹੋ ਗਏ ਹੁਣ ਨਹੀਂ ਲਾਂਦੇ ਇਸੇ ਤਰ੍ਹਾਂ ਸੁਪਰੀਮ ਕੋਰਟ ਦੇ ਸੁਪਰੀਮ ਕੋਰਟ ਦਾ ਵੀ ਕੰਮ ਇਹ ਹੈ ਕਿ ਸਰਕਾਰ ਦਾ ਜਿਹੜਾ ਮੇਨ ਅਜੰਡਾ ਹੈ ਉਹਦੀ ਉਹਨੂੰ ਲੀਗਲੀ ਐਗਜ਼ਾਮਿਨ ਕਰਨ ਪਰ ਉਹਦੀ ਪੋਲਿਟਿਕਸ ਨੂੰ ਐਗਜ਼ਾਮਿਨ ਨਾ ਕਰਨ ਔਰ ਇਸ ਕਰਕੇ ਮੈਂ ਕਿਸਾਨਾਂ ਦੀ ਸੂਝ-ਬੂਝ ਨੂੰ ਦਾਤ ਦੇਣਾ ਕਿ ਉਹਨਾਂ ਨੇ ਸਿੱਧੀ ਗੱਲ ਇਹ ਕਹੀ ਕਿ ਅਸੀਂ ਇਹ ਮਸਲਾ ਪੋਲਿਟੀਕਲ ਹੈ ਇਹ politcal executive ਹੀ ਸੋਲਵ ਕਰੇਗੀ ਅਸੀਂ ਲੀਗਲ ਰਿਕੋਰਸ ਨਹੀਂ ਲੈਣਾ ਔਰ ਉਸ ਸੈਂਚ ਜੇ ਅਸੀਂ ਸੁਪਰੀਮ ਕੋਰਟ ਨੂੰ ਕਹਿੰਨੇ ਗਲਤ ਕੀਤਾ ਮੈਂ ਸਮਝਦਾ ਇਹ ਗਲਤ ਗੱਲ ਹੈ ਸਾਡੀ ਸੁਪਰੀਮ ਕੋਰਟ ਹੁਣ ਸਰਕਾਰ ਦਾ ਜਿਹੜਾ ਮੇਨ ਪੋਲਿਟਿਕਸ ਆ ਮਾਰਕੀਟ ਰਿਫਾਰਮਸ ਆ ਉਹਨੂੰ ਇੰਪਲੀਮੈਂਟ ਕਰ ਰਹੀ ਹੈ ਉਹਨੂੰ ਲੀਗਲੀ ਲਾਗੂ ਕਰ ਰਹੀ ਹੈ ਤੇ ਇਹਦਾ ਮਤਲਬ ਇਹ ਆ ਸਾਡੀ ਐਕਸਪੈਕਟੇਸ਼ਨ ਸਾਡੀ ਸਾਡੀ ਐਕਸਪੈਕਟੇਸ਼ਨ ਗਲਤ ਹੈ ਕਿ ਸੋਸ਼ਲਿਜ਼ਮ ਸੁਪਰੀਮ ਕੋਰਟ ਲਾਉਗੀ ਸੁਪਰੀਮ ਕੋਰਟ ਦਾ ਕਾਬੂ ਸੋਸ਼ਲਿਜ਼ਮ ਲਿਆਣਾ ਨਹੀਂ ਹੈ ਮੈਂ ਦਰਸ਼ਕਾਂ ਲਈ ਕੁਇਕਲੀ ਟਰਾਂਸਲੇਟ ਕਰਦਾ ਹਾਂ ਬਈ ਰਾਜ ਰਾਜਤ ਹੁੰਦੀ ਹੈ ਸਟੇਟ ਹੈ ਸਟੇਟ ਔਰ ਸਰਕਾਰ ਹੈ ਤੇ ਸਰਕਾਰ ਦੇ ਅਧਾਰ ਨੇ ਇੰਸਟੀਚੂਸ਼ਨਸ ਨੇ ਯਾ ਸਿ ਪਿਲਰਸ ਗਣਦੇ ਆ ਐਗਜ਼ੈਕਟਿਵ ਹੈ ਜੁਡੀਸ਼ਰੀ ਹੈ ਸਾਡੇ ਜੱਜਸ ਨੇ ਤੇ ਸਾਡੀ ਲੈਜਿਸਲੇਚਰ ਹੈ ਹੁਣ ਤੁਸੀਂ ਕਹਿ ਰਹੇ ਹੋ ਕਿ ਇਹ ਕੰਪਲੀਟ ਹਾਰਮਨੀ ਵਿੱਚ ਆ ਗਏ ਨੇ ਇਹ ਪਹਿਲਾਂ ਆਪਣਾ ਆਪਣਾ ਕੰਮ ਕਰਦੇ ਸੀ ਇਹ ਹੁਣ ਕਿਸਾਨ ਅੰਦੋਲਨ ਚ ਪਹਿਲਾਂ ਦੇਖਿਆ ਸਰਕਾਰ ਨੇ ਕਿ ਆ ਪੁਲਿਸ ਭੇਜ ਦਿਓ ਸ਼ਾਇਦ ਰੋਕ ਲਈਏ ਨਹੀਂ ਰੁਕੇ ਬੱਚਿਆਂ ਬੈਰੀਕੇਡ ਪੁੱਟ ਸੁੱਟੇ ਉਹਨਾਂ ਨੇ ਕਿਹਾ ਚੰਗਾ ਫਿਰ ਤੋਮਰ ਸਾਹਿਬ ਤੇ ਪੀਯੂਸ਼ ਗੋਇਲ ਨੂੰ ਭੇਜ ਦਿਓ ਸਰਕਾਰ ਭੇਜ ਦਿਓ ਥੋੜੇ ਜੇ ਐਗਜ਼ੈਕਟਿਵ ਨੂੰ ਪੇਜੋ ਨਹੀਂ ਮੰਨੇ ਤੇ ਹੁਣ ਉਹਨਾਂ ਨੇ ਕਿਹਾ ਇਦਾਂ ਕਰੋ ਫਿਰ ਸੁਪਰੀਮ ਕੋਰਟ ਨੂੰ ਅੱਗੇ ਮੋਰਚੇ ਤੇ ਭੇਜੋ ਤੁਸੀਂ ਕੋਈ ਹੱਲ ਕਰਵਾਓ ਤੇ ਸਾਰੇ ਬੰਦੇ ਇੱਕ ਦੂਜੇ ਦਾ ਕੰਮ ਕਰ ਰਹੇ ਨੇ ਆਧਾਰੇ ਨਹੀਂ ਇਹ ਕੰਮ ਨਹੀਂ ਕਰ ਰਹੇ ਮਾਰਕੀਟ ਦਾ ਕੰਮ ਕਰ ਰਹੇ ਬਾਜ਼ਾਰਕਟ ਰਿਫਾਰਮ ਦਾ ਕੰਮ ਕਰ ਰਹੇ ਨੇ ਕਿ ਸਟੇਟ ਦੀ ਜਿਹੜੀ ਸਰੈਂਡਰ ਹੈ ਉਹਦਾ ਮਾਰਕੀਟ ਅੱਛਾ ਸਵਾਲ 'ਚ ਕੋਈ ਗੁਸਟਾਕ ਕੋਈ ਸਵਾਲ 'ਚ ਕੋਈ ਗੁਸਟਾਕੀ ਨਹੀਂ ਫਾਰਮੂਲੇਸ਼ਨ ਕੋਈ ਕੰਮ ਹੋ ਕੇ ਨਾ ਤੇ ਇਸ ਦਿਸ ਦਾ ਯੂਨਾਈਟਿਡ ਸਟੇਟਸ ਆਫ ਇੰਡੀਆ ਅਗੇਂਸਟ ਇਟਸ ਪੀਪਲ ਏ ਹੁਣ ਕਿਉਂਕਿ ਸਾਰੇ ਇਕੱਠੇ ਹੋ ਗਏ ਨੇ ਨਾ ਇਹ ਤਾਂ ਨਹੀਂ ਦੇਖੋ ਦਿਸ ਇਜ਼ ਦਾ ਯੂਨਾਈਟਿਡ ਸਟੇਟਸ ਆਫ ਇੰਡੀਆ ਇੱਕ ਪਹਿਲਾ ਸੁਪਰੀਮ ਕੋਰਟ ਅਲੱਗ ਆਪਣਾ ਜਗ੍ਹਾ ਰਖਦੀ ਸੀ ਮੁਕਾਮ ਰਖਦੀ ਸੀ ਅਧਾਰਿਕ ਦੂਜੇ ਦੇ ਵਿੱਚ ਇੱਕ ਦੂਜੇ ਦੀ ਡੋਮੇਨ 'ਚ ਨਹੀਂ ਜਾਂਦੇ ਸੀ ਔਰ ਅਸੀਂ ਬੱਚਿਆਂ ਨੂੰ 7ਵੀਂ 8ਵੀਂ ਕਲਾਸ ਤੋਂ ਪੜਾਉਣਾ ਸ਼ੁਰੂ ਕਰ ਦਿੰਨੇ ਆ ਕਿਤਾਬਾਂ ਦੇ ਵਿੱਚ NCERT ਦੀਆਂ ਕਿ ਹਰੇਕ ਅਦਾਰੇ ਦੀ ਆਪਣੀ ਡੋਮੇਨ ਹੈ ਜੁਡੀਸ਼ਰੀ ਦੀ ਆਪਣੀ ਡੋਮੇਨ ਹੈ ਪਾਰਲੀਮੈਂਟ ਦੀ ਆਪਣੀ ਡੋਮੇਨ ਹੈ ਹੁਣ ਯੂनाइटेड స్టేట్స్ ਆਫ ਇੰਡੀਆ ਬਣੀ ਹੈ ਤੇ ਅਗੇਂਸਟ ਇਟਸ ਪੀਪਲ ਹੈ ਤੇ ਪੀਪਲ ਬੈਟੇ ਨੇ ਸਿੰਗੂ ਬਾਡਰ ਇਹਦੇ ਵਿੱਚ ਨਾ ਇਹਨੂੰ ਥੋੜਾ ਜਿਆਦਾ ਰਿਫਾਈਨ ਤਰੀਕੇ ਨਾਲ ਸਮਝ ਲਈਏ ਇੱਕ ਕਿਸਾਨ ਨੇ ਸਾਨੂੰ ਸਮਝਾਇਆ ਇਸ ਐਜੀਟੇਸ਼ਨ ਨੇ ਸਮਝਾਇਆ ਬੜਾ ਤੁਸੀਂ ਪਹਿਲੇ بڑا ਹੋਣਾ ਉਹਨਾਂ ਨੇ ਦੱਸਿਆ ਵੀ ਜਿਹੜਾ ਪੋਲਿਟਿਕਸ ਹੁੰਦਾ ਨਾ ਉਹਦੀ ਆਪਣੀ ਇੱਕ ਆਟੋਨੋਮੀ ਹੋਇਆ ਕਰਦੀ ਹੈ ਉਦੀ ਆਪਣੀ ਇੱਕ ਪ੍ਰਾਇਮੇਸੀ ਹੋਇਆ ਕਰਦੀ ਹੈ ਉਸ ਪੋਲਿਟਿਕਸ ਦੀ ਆਪਣੀ ਇੱਕ ਦਿਸ਼ਾ ਹੋਇਆ ਕਰਦੀ ਹੈ ਸਿਆਸਤ ਖੁਦ ਮੁਖਤਾਰ ਇੱਕ ਰਖਦੀ ਹੈ ਰਖਦੀ ਹੈ ਹੁਣ ਜਿਹੜਾ ਹਾਂ ਤੇ ਜਿਹੜੀ ਸਾਡੀ ਪੋਲਿਟਿਕਸ ਹੈ ਕਿਸਾਨ ਇਹ ਕਹਿੰਦਾ ਉਹ ਜਿਹੜੀ ਸਟੇਟ ਦੀ ਰਾਜਨੀਤੀ ਹੈ ਉਹਦੇ ਨਾਲ ਟਕਰਾਵ ਚਾਈ ਹੋਈ ਹੈ ਇਹਨੂੰ ਇਦਾਂ ਸਮਝਣਾ ਪੈਣਾ ਤੇ ਜੇ ਹੁਣ ਉਸ ਉਹ ਆਲਟਰਨੇਟ ਰਾਜਨੀਤੀ ਦੀ ਗੱਲ ਕਰਦੀ ਹੈ ਕਿਸਾਨ ਐਜੀਟੇਸ਼ਨ ਕਿ ਤੁਸੀਂ ਗਰੀਬ ਨੂੰ ਖਾਣਾ ਵੀ ਦਿਓ ਸਾਡੇ ਸਾਡੀ ਇਨਕਮ ਦਾ ਵੀ ਇਨਸ਼ੋਰ ਕਰੋ ਦੇਖ ਦੀ ਸਿਕਿਉਰਟੀ ਵੀ ਬਚਾਓ ਪਰ ਉਹ ਦੂਜੇ ਪਾਸੇ ਸਟੇਟ ਇਹ ਕਹਿੰਦੀ ਹੈ ਵੀ ਇਹ ਸਾਰਾ ਕੰਮ ਮਾਰਕੀਟ ਕਰੂਗੀ ਮਾਰਕੀਟ ਤੁਹਾਡੀ ਅਸੀਂ ਆਪ ਦੇਖਿਆ ਕਿ ਮਾਰਕੀਟ ਗਰੀਬ ਦੀ ਆਵਾਜ਼ ਨਹੀਂ ਸੁਣਦੀ ਮਾਰਕੀਟ ਜਿਹੜੀ ਹੈ ਉਹ ਸੈਕੂਲਰ ਹੁੰਦੀ ਹੈ ਸਿਰਫ ਅਮੀਰ ਦੀ ਆਵਾਜ਼ ਹੁੰਦੀ ਹੈ ਉਹ ਕਿਸੇ ਧਰਮ ਦੀ ਗੱਲ ਨਹੀਂ ਸੁਣਦੀ ਜੇ ਤੁਸੀਂ ਦੋ ਪੈਰਲਲ ਲਾਈਨ ਸ਼ੁਰੂ ਕੀਤੀਆਂ ਨੇ ਇੱਕ ਜੋ ਪੰਜਾਬ ਦੇ ਵਿੱਚ ਹੋ ਰਿਹਾ ਜੋ ਦਿੱਲੀ ਦੇ ਬਾਰਡਰ ਦੇ ਬਰੂਹਾ ਤੇ ਹੋ ਰਿਹਾ ਦੇਸ਼ ਭਰ ਦੇ ਵਿੱਚ ਉਹ ਜੋ ਕਿਸਾਨ ਅੰਦੋਲਨ ਉਮੜ ਕੇ ਆ ਰਿਹਾ ਅੱਜ ਤਾਂ ਅਸੀਂ ਸ਼ਾਇਦ ਕੁਝ ਨਹੀਂ ਦੇਖਿਆ ਸ਼ਾਇਦ ਟ੍ਰੇਲਰ ਦੇਖਿਆ ਪਤਾ ਨਹੀਂ ਕਿਸ ਤਰੀਕੇ ਨਾਲ ਇਹਨੇ ਅੱਗੋਂ ਮੋੜਾ ਲੈਣਾ ਹੁਣੇ ਲੈਣਾ ਜਾਂ ਬਾਅਦ ਵਿੱਚ ਲੈਣਾ ਅ ਦੂਸਰੀ ਜਿਹੜੀ ਤੁਸੀਂ ਟ੍ਰੈਕ ਨਾਲ ਨਾਲ ਕਰ ਰਹੇ ਹੋ ਜਿਹੜੀ ਸਟੇਟ ਆਫ ਡੈਮੋਕ੍ਰੇਸੀ ਹੈ ਸਟੇਟ ਆਫ ਇੰਸਟੀਟਿਊਸ਼ਨਸ ਨੇ ਅ ਔਰ ਕੇਵਲ ਮੈਨੂੰ ਲੱਗਦਾ ਇਹ ਸਵਾਲਾਂ ਦਾ ਸੀਸਟਾ ਇੱਥੇ ਤੱਕ ਹੀ ਹਿੰਦੁਸਤਾਨ ਤੱਕ ਹੀ ਕਿਉਂ ਸੀਮਤ ਰੱਖਣਾ ਜੋ ਕੁਝ ਤੁਸੀਂ ਅਮਰੀਕਾ ਵਿੱਚ ਦੇਖ ਰਹੇ ਹੋ ਹੁੰਦਾ ਹੋਇਆ واਸ਼ਿੰਗਟਨ ਡੀਸੀ ਦੇ ਵਿੱਚ ਕੈਪੀਟਲ ਹਿੱਲ ਦੇ ਉੱਤੇ ਜੋ ਕੁਝ ਹੋਇਆ ਤੇ ਜਿਸ ਕਿਸਮ ਦੇ ਖਦਸ਼ੇ ਜਲੂਸ ਨਿਕਲੇ ਆ ਪਿਆ ਦੇ ਪੁਰਾਣੇ ਲੋਕਤੰਤਰ ਦਾ ਤੇ ਸਾਡੇ ਵੱਡੇ ਲੋਕਤ ਉਸ ਕੈਪੀਟਲ ਹਿੱਲ ਤੋਂ ਲੈ ਕੇ ਦਿੱਲੀ ਦੇ ਬਾਰਡਰ ਤੱਕ اور ਦੁਨੀਆ ਨੇ तमाम किस्म ਦਾ ਰਾਈਟ ਵਿੰਗ ਐਕਸਟ੍ਰੀਮਿਜ਼ਮ ਦੁਨੀਆ ਦੇਖ ਰਹੀ ਹੈ ਲੈਫਟ ਵਿੰਗ ਐਕਸਟ੍ਰੀਮਿਜ਼ਮ ਵੀ ਅਸੀਂ ਦੇਖਿਆ ਹਰ ਸਾਈਡ ਉਹਦਾ ਨਾਂ ਆਪਣਾ ਇਨਕਲਾਬ ਰੱਖ ਦਿੰਦੀ ਹੈ ਤੁਹਾਡੀ ਜਾਚੇ ਅਮਰੀਕਾ ਤੋਂ ਲੈ ਕੇ ਸਿੰਘੂ ਬਾਰਡਰ ਤੱਕ ਅੱਜ ਨਹੀਂ ਤਾਂ ਕੱਲ ਨੇੜ ਤਾਂ ਵਿਖਣੀ ਤਾਂ ਦੂਰ ਭਵਿੱਖ ਦੇ ਵਿੱਚ ਕੋਈ ਵੱਡਾ ਇਨਕਲਾਬ ਆ ਰਿਹਾ ਕਿਧਰੇ ਕੋਈ ਫਾਲਟ ਲਾਈਨ ਬਣ ਰਹੀ ਹੈ ਕਿ ਕੀ ਉਹ ਫਾਲਟ ਲਾਈਨ ਸਟੇਟਸ ਵਰਸਸ ਪੀਪਲ ਹੈ ਦੇਖੋ ਦਰਨਵਲੇ ਦੇ ਦਿੰਦੇ ਨਹੀਂ ਮੈਂ ਇਸ ਗਲਤੀ ਆ ਨਾ ਬੜਾ ਸੀਰੀਅਸ ਮੁੱਦਾ ਪਰ ਇਹਨਾਂ ਲਈ ਗੱਲ ਹੋਰ ਜੋੜ ਦੇਣਾ ਹੂੰ ਕਿਉਂਕਿ ਉਹ ਜੋਨ ਨਹੀਂ ਬੜੀ ਜ਼ਰੂਰੀ ਹੈ ਜਦੋਂ ਮੈਂ ਸੁਪਰੀਮ ਕੋਰਟ ਦੀ ਗੱਲ ਕੀਤੀ ਕਿ ਉਹ ਹਾਰਮਨੀ ਚ ਆ ਗਿਆ ਹੂੰ ਸਟੇਟ ਦੇ ਉਸ ਏਜੰਡੇ ਨਾਲ ਜਿੱਚ ਮਾਰਕੀਟ ਨੂੰ ਅਸੀਂ ਅੱਗੇ ਰੱਖ ਕੇ ਗੱਲ ਕਰਨੀ ਮੰਡੀ ਕਰਨ ਨੂੰ ਅੱਗੇ ਰੱਖ ਕੇ ਗੱਲ ਕਰਨੀ ਉਹਦੇ ਨਾਲ-ਨਾਲ ਹੂੰ ਰਲ ਗਿਆ ਮਤਲਬ ਉਹਦੇ ਨਾਲ-ਨਾਲ ਜਿਹੜੀਆਂ ਪੋਲੀਟੀਕਲ ਪਾਰਟੀ ਸੀਗੀਆਂ ਹੂੰ ਚਾਹੇ ਉਹ ਕਾਂਗਰਸ ਹੋਵੇ ਹੂੰ ਚਾਹੇ ਉਹ ਭਾਜਪਾ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਅਕਾਲੀ ਦਲ ਹੈ ਹੂੰ ਇਹ ਸਾਰੀਆਂ ਪਾਰਟੀਆਂ ਦਾ ਕਿਸੇ ਲੈਵਲ ਤੇ ਮਾਰਕੀਟ ਰਿਫਾਰਮ ਲਈ ਕੰਸੈਂਸਸ ਬਣਿਆ ਹੋਇਆ ਸੀ ਹੂੰ ਤੇ ਤੁਸੀਂ ਦੇਖੋ ਇਹ ਕਿਸਾਨ ਐਜੀਟੇਸ਼ਨ ਨੇ ਕਿਹਾ ਵੀ ਤੁਹਾਡਾ ਤਾਂ ਕੰਸੈਂਸਸ ਹੈ ਤੁਸੀਂ ਬਾਹਰ ਹੀ ਰਹੋ ਇਸ ਮੂਮੈਂਟ ਤੋਂ ਹੂੰ ਇਹਨਾਂ ਨੂੰ ਕਿਸੇ ਨੂੰ ਮੂਵਮੈਂਟ ਚ ਨਹੀਂ ਆਉਂਦਾ ਸਾਰੇ ਇਹ 12ਵੇਂ ਪਲੇਅਰ ਵੀ ਹੈ ਨਹੀਂ ਮਿਸ ਵੀ ਨਹੀਂ ਕੀਤੇ ਜਾ ਰਹੇ ਨਹੀਂ ਕਿਉਂਕਿ ਇਹ ਉਸ ਸਾਈਡ ਤੇ ਹੈ ਹੀ ਨਹੀਂ ਤੁਸੀਂ ਦੇਖੋ ਇੱਕ ਦੂਜੇ ਜਦੋਂ ਟੀਵੀ ਤੇ ਡਿਬੇਟ ਹੁੰਦਾ ਹ ਹ ਉਦੋਂ ਕਹਿੰਦਾ ਵੀ ਦੇਖੋ ਤੁਸੀਂ ਆਪਣੇ ਮੈਨੀਫੈਸਟੋ ਚ ਇਹ ਗੱਲ ਪਹਿਲੇ ਪਾਈ ਸੀ ਅਸੀਂ ਤਾਂ ਹੁਣ ਕਿਸ ਨੇ ਪਹਿਲਾਂ ਪਾਈ ਸੀ ਕਿਸ ਨੇ ਬਾਅਦ ਪਾਈ ਸੀ ਹਾਂ ਸੋ ਇਹਦਾ ਮਤਲਬ ਇਹ ਹੈ ਕਿ ਇੱਕ ਜਿਹੜਾ ਕੰਸੈਂਸਸ ਪੋਲਿਟੀਕਲ ਪਾਰਟੀ ਚ ਹੋਇਆ ਸੀ ਔਰ ਇੱਕ ਜਿਹੜਾ ਹੁਣ ਡਿਫਰੈਂਟ ਆਰਗਨ ਜਿਹੜੇ ਸਟੇਟ ਦੇ ਨੇ ਚਾਹੇ ਸੁਪਰੀਮ ਕੋਰਟ ਆ ਉਹਨਾਂ 'ਚ ਕੰਸੈਂਸਸ ਹੋਇਆ ਇਹਨੂੰ ਸਾਨੂੰ ਉਸ ਆਬਜੈਕਟਿਵਿਟੀ ਉਸ ਉਸ ਦੇ ਵਿੱਚ ਦੇ ਮਾ ਦੇਦਾ ਨਾ ਕਿ ਇਹ ਸੋਚਣਾ ਚਾਹੀਦਾ ਹੈ ਕਿ ਰੈਵੋਲੂਸ਼ਨ ਸੁਪਰੀਮ ਕੋਰਟ ਨੇ ਲਿਆਣਾ ਸੀ ਤੇ ਉਹ ਲਿਆ ਨਹੀਂ ਪਾਈ ਨਰਾਜ ਹੋ ਜਾਈਏ ਅਸੀਂ ਉਹਦਾ ਤਾਂ ਕੰਮ ਹੀ ਨਹੀਂ ਸੀ ਲਿਆਣਾ ਜੇ ਅਸੀਂ ਸੋਚੀਏ ਕਿ ਪੋਲੀਟੀਕਲ ਪਾਰਟੀਆਂ ਜਿਹੜੀਆਂ ਅੱਜ ਦੀਆਂ ਸੀਗੀਆਂ ਉਹ ਮਾਰਕੀਟ ਰਿਫਾਰਮ ਨੂੰ ਸਪੋਰਟ ਕਰਦੇ ਹੋਏ ਸਾਡੇ ਨਾਲ ਉਹ ਲੱਗਣ ਉਹ ਸਾਡੇ ਨਾਲ ਲੀਪ ਸਰਵਿਸ ਕਰ ਦਿੰਦੀ ਹੈ ਇਸੇ ਕਰਕੇ ਮੈਂ ਉਹਨਾਂ ਨੂੰ ਚੀਅਰ ਲੀਡਰਸ ਕਿਹਾ ਤਾਲੀਆਂ ਵਜਾਉਣ ਵਾਲੇ ਉਹ ਲੀਡਰ ਨਹੀਂ ਰਹੇ ਇਸੇ ਕਰਕੇ ਇਹ ਮੈਂ ਦੂਜਾ ਅਸਪੈਕਟ ਤੁਹਾਡੇ ਅੱਗੇ ਇਸ ਕਰਕੇ ਲੈਣਾ ਚਾਹੁੰਦਾ ਕਿ ਹੁਣ ਅੱਜ ਜੇ ਉਸ ਮੂਮੈਂਟ ਚ ਪੋਲਿਟੀਕਲ ਪਾਰਟੀਆਂ ਬਾਹਰ ਆ ਤਾਂ ਇਸ ਕਰਕੇ ਨੇ ਇੱਕ ਨਵੀਂ ਲੋੜ ਵੱਲ ਇਸ਼ਾਰਾ ਕਰ ਰਿਹਾ ਹੈ ਹਿੰਦੁਸਤਾਨ ਦੀ ਰਾਜਨੀਤੀ ਉਹ ਕੀ ਲੋੜ ਹੈ ਕਿ ਇਹਨਾਂ ਪਾਰਟੀਆਂ ਤੋਂ ਅਲੱਗ हट ਕੇ ਕੋਈ ਸੋਸ਼ਲ ਡੈਮੋਕਰਟ ਹਾਰਟ ਅਲਟੀਮਟ ਹੋਏ ਪਾਰਟੀਆਂ ਦਾ ਜਿਹੜਾ ਜਿਹੜਾ ਇਹ ਬਾਅਦ ਚ ਆਪਾਂ ਗੱਲ ਕਰਦੇ ਪਰ ਮੇਰਾ ਤਹਿ ਦਾ ਮਤਲਬ ਸਿਰਫ ਇਹ ਹੈ ਕਿ ਅੱਜ ਇਹ ਸਿਚੁਏਸ਼ਨ ਹੈ ਇਹ ਸੰਦਰਭ ਹੈ ਜਿਹਦੇ ਚ ਡਿਫਰੈਂਟ ਇਸ ਮੂਵਮੈਂਟ ਨੇ ਦੋ ਤਰਫ ਕਲਾਂਦ ਵੱਲ ਇਸ਼ਾਰਾ ਕੀਤਾ ਹੈ ਬੜੇ ਸੀਰੀਅਸਲੀ ਕਿ ਵੀ ਅੱਜ ਸਟੇਟ ਦੀਆਂ ਇੰਸਟੀਚੂਸ਼ਨਸ ਤੇ ਸਟੇਟ ਪੋਲੀਟੀਕਲ ਪਾਰਟੀਆਂ ਇਹ ਇੱਕੋ ਉਸ ਮਾਰਕੀਟ ਅੱਗੇ ਸਰੈਂਡਰ ਕਰਕੇ ਉਹਦੀ ਰਾਜਨੀਤੀ ਨੂੰ ਹੀ ਅੱਗੇ ਲੈ ਜਾ ਰਹੀ ਹੈ ਓਕੇ ਨਾ ਮੈਂ ਬਰੀਕਲੀ ਰੁਕ ਰਿਹਾ ਪਰ ਜਿਹੜਾ ਸਵਾਲ ਔਰ ਮੈਂ ਤਾਂ ਸਵਾਲੇ ਬਣਾਇਆ ਨਹੀਂ ਇਹ ਤੁਸੀਂ ਮਤਲਬ ਹੋਰ ਕੋਈ ਇਸ਼ਾਰਾ ਹੀ ਨਹੀਂ ਛੱਡਿਆ ਵੀ ਇਹ ਸਵਾਲ ਪੁੱਛਣਾ ਹੀ ਪੈਂਦਾ ਕਿਸੇ ਦੇ ਦਿਲ ਨੂੰ ਦੁੱਖ ਵੀ ਨਹੀਂ ਹੋਣਾ ਚਾਹੀਦਾ ਬਹੁਤ ਸਾਰੇ ਲੋਕ ਬਹੁਤ ਦਿਲੋ ਮਨੋ ਜਜ਼ਬਾਤ ਨਾਲ ਸਿੰਗੂ ਬਾਰਡਰ ਦੇ ਟਿਕਰੀ ਬਾਰਡਰ ਦੇ ਸੰਦੋਲਨ ਨਾਲ ਜੁੜੇ ਨੇ ਕਿ ਇਹ ਜਿਹੜਾ ਅੰਦੋਲਨ ਹੋ ਰਿਹਾ ਹੈ ਇਹ ਦਰਸਲ ਡਿਵੈਲਪਮੈਂਟ ਦੇ ਮਾਡਲ ਦੇ ਖਿਲਾਫ ਕੋਈ ਅੰਦੋਲਨ ਹੋ ਰਿਹਾ ਹੈ ਕਿ ਵਿਕਾਸ ਕਿਸ ਨੂੰ ਕਹਿਣਾ ਹੈ ਕਿ ਇੱਕ ਤਿੰਨ ਖੇਤੀ ਦੇ ਬਿੱਲ ਵਾਪਸ ਕਰਾਣੇ ਨੇ ਕਿਉਂਕਿ ਜਿਹੜਾ ਗਿਵਨ ਢਾਂਚਾ ਸਾਰਾ ਕੈਪਟਲਿਜ਼ਮ ਦਾ ਇਹਦੇ ਵਿੱਚ ਮੇਰਾ ਪ੍ਰੋਫਿਟ ਇਹਦੇ ਵਿੱਚੋਂ ਜਾ ਰਿਹਾ ਤੇ ਮੈਨੂੰ ਉਹਦੇ ਲਈ ਹੁਣ ਖੜੇ ਹੋਣਾ ਪੈ ਰਿਹਾ ਮੈਨੂੰ ਡਰਾ ਤੁਸੀਂ ਮੇਰੀ ਜ਼ਮੀਨ ਨਾ ਲੈ ਲਵੋ ਉਹਦੇ ਲਈ ਅੰਦੋਲਨ ਹੋ ਰਿਹਾ ਦੋਹਾਂ ਦੇ ਵਕ ਵਕ ਮਤਲਬ ਨੇ ਤੇ ਜਵਾਬ ਲਈ ਵਾਪਸ ਆਵਾਂਗੇ ਵਿਦਵਾਨ ਕੋਲ ਆਫਟਰ ਥਿਸ ਬ੍ਰੇਕ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਚਰਚਾ ਕਰ ਰਹੇ ਹਾਂ ਕਿਸਾਨੀ ਅੰਦੋਲਨ ਦੇ ਵਿੱਚ ਅ ਡੈਮੋਕ੍ਰੇਸੀ ਦਾ ਲੋਕਤੰਤਰ ਦਾ ਡੈਮੋਕ੍ਰੇਸੀ ਦੇ ਅਦਾਰੇਆਂ ਦਾ ਸਿਆਸਤ ਦੀ ਰਿਆਸਤ ਨਾਲ ਰਿਆਸਤ ਦੀ ਲੋਕਾਂ ਦੇ ਨਾਲ ਜਿਹੜਾ ਰਿਸ਼ਤਾ ਬਣਦਾ ਸੀ ਉਹਦੇ ਵਿੱਚ ਕਿਸ ਕਿਸਮ ਦੇ ਬਦਲਾਅ ਨਜ਼ਰ ਆ ਰਹੇ ਨੇ ਕਿਸ ਕਿਸਮ ਦੀਆਂ ਤਰੇੜਾਂ ਨੇ ਤੇ ਜਿਹੜਾ ਅੰਦੋਲਨ ਹੋ ਰਿਹਾ ਡਾਕਟਰ ਪ੍ਰਮੋਦ ਕੁਮਾਰ ਜੀ ਤੁਸੀਂ ਸਾਡੇ ਨਾਲ ਹੋ ਜਿਹੜਾ ਅੰਦੋਲਨ ਹੋ ਰਿਹਾ ਡਾਕਟਰ ਪ੍ਰਮੋਦ ਕੁਮਾਰ ਜੀ ਇਹ ਜਿਹੜਾ ਤੁਸੀਂ ਕਿਹਾ ਓਵਰਆਲ ਇੱਕ ਕੈਪੀਟਲਿਸਟਿਕ ਮੈਂ ਸਿੰਘੂ ਬਾਰਡਰ ਦੀ ਭਾਸ਼ਾ ਬੋਲਾਂ ਤਾਂ ਲਾਉ ਪੀਨਾ ਜਿਹੜਾ ਬਣਿਆ ਹੋਇਆ ਸੀ ਸਾਰਾ ਸਟਰਕਚਰ ਉਹਦੇ ਖਿਲਾਫ ਅੰਦੋਲਨ ਹੈ ਕਿ ਉਸ ਲਾਉ ਪੀਨੇ ਸਟਰਕਚਰ ਦੇ ਵਿੱਚ ਕੋਈ ਸਾਨੂੰ ਅਚਾਨਕ ਇੱਕ ਡੈਮੋਗ੍ਰਾਫਿਕ ਨੂੰ ਵੱਡੇ ਡੈਮੋਗ੍ਰਾਫਿਕ ਨੂੰ ਘਾਟਾ ਪੈਣ ਦਾ ਖਦਸ਼ਾ ਆਇਆ ਤੇ ਉਹ ਸਾਰਾ ਡੈਮੋਗ੍ਰਾਫਿਕ ਉਹਦੇ ਲਈ ਉੱਠ ਖੜਾ ਹੋਇਆ ਤੇ ਅਸੀਂ ਤਿੰਨ ਖੇਤੀ ਬਿੱਲ ਵਾਪਸ ਕਰਾਉਣ ਲਈ ਸੰਘਰਸ਼ ਕਰ ਰਹੇ ਹਾਂ ਵਾਟ ਇਜ਼ ਇਟ ਐਕਚੁਅਲੀ ਕੋਈ ਵੀ ਜਿਹੜੀ ਮੂਵਮੈਂਟ ਹੁੰਦੀ ਹੈ ਉਹ ਚ ਕਈ ਤਰ੍ਹਾਂ ਦੇ ਅਲੱਗ-ਅਲੱਗ ਮੈਸੇਜ ਆਉਂਦੇ ਨੇ ਔਰ ਅਲੱਗ-ਅਲੱਗ ਤਰ੍ਹਾਂ ਦੀਆਂ ਆਈਡੀਓਲੋਜੀ ਕ ਤੁਸੀਂ ਇਸ ਮੂਮੈਂਟ 'ਚ ਦੇਖੋਗੇ ਹੂੰ ਹੂੰ ਤੁਹਾਨੂੰ ਜਿਹੜੀ ਲੈਫਟ ਦੀ ਈਡੀਆਲੋਜੀ ਹੈ ਉਹ ਵੀ ਨਜ਼ਰ ਆਏਗੀ ਹੂੰ ਹੂੰ ਜਿਹਦੇ ਸਰਮਾਇਦਾਰੀ ਦੇ ਖਿਲਾਫ ਲਾਲ ਝੰਡੇ ਲਾਲ ਝੰਡੇ ਕਿਸਾਨ ਯੂਨੀਅਨ ਦਾ ਝੰਡਾ ਸਭ ਇਕੱਠੇ ਔਰ ਇੱਕੋ ਵਹੀਕਲ ਤੇ ਦਿਸਦੇ ਨੇ ਇੱਕੋ ਵਹੀਕਲ ਤੇ ਦਿਖਦੇ ਨੇ ਇਹਦੇ ਵਿੱਚ ਜਿਹੜਾ ਇੱਕ ਰਾਈਟ ਵਿੰਗ ਐਕਸਟਰੀਮਿਸਟ ਹੈ ਉਹ ਵੀ ਨਜ਼ਰ ਆਉਂਦਾ ਜਿਹਦੇ 'ਚ ਸਿੱਖੀ ਦੀ ਗੱਲ ਵੀ ਚੱਲਦੀ ਹੈ ਤੇ ਖਾਲਿਸਤਾਨ ਦੀ ਗੱਲ ਵੀ ਚੱਲ ਪੈਂਦੀ ਹੈ ਹੈਂ ਉਹਦੇ ਚੋਂ ਵੀ ਤੁਹਾਨੂੰ ਨਜ਼ਰ ਆਉ ਉਹ ਆਪਣੀ ਹੈ ਜੇ ਕੇਸ ਕਿਸਮ ਦੀ ਕੈਰੈਕਟਰਾਇਜ਼ੇਸ਼ਨ ਨਹੀਂ ਬਰਦਾਸ਼ਤ ਕਰਾਂਗੇ ਬਹੁਤ ਅਨੇਕ ਰਣਗੇ ਪਰ ਇਹ ਹੈ ਉਹਦਾ ਉਹ ਮਾਰਜਨ ਤੇ ਹੈ ਪਰ ਉਹ ਹੈ ਉਹਦੇ ਜੀ ਤੁਹਾਨੂੰ ਇਹੋ ਜਿਹਾ ਨੈਰੇਟਿਵ ਹੀ ਨਜ਼ਰ ਆਊਗਾ ਕਿਤੇ ਕਿਤੇ ਤੇ ਪਰ ਡੋਮਿਨੈਂਟ ਨੈਰੇਟਿਵ ਜਿਹੜਾ ਹੈਗਾ ਜੇ ਤੁਸੀਂ ਆਪਾਂ ਕਹਿੰਦੇ ਆ ਤਿੰਨੋਂ ਬਿੱਲ ਵਾਪਸ ਲੈਣ ਦੀ ਇਹ ਖਾਲੀ ਬਿੱਲ ਵਾਪਸ ਲੈਣ ਦੀ ਗੱਲ ਨਹੀਂ ਹੈ ਤਿੰਨੋਂ ਬਿੱਲ ਦਾ ਜੇ ਤੁਸੀਂ ਕੈਰੈਕਟਰ ਦੇਖੋ ਕਿ ਜੇ ਮੈਂ ਇੱਕ ਐਗਜ਼ਾਮਪਲ ਦੇ ਦਾਂ ਜੇ ਤਿੰਨੋਂ ਬਿੱਲ ਤੁਸੀਂ ਕਹਿੰਦੇ ਆ ਕਿ ਇਹਦੇ ਨਾਲ ਕਿਸਾਨ ਦੀ ਇਨਕਮ ਵਧੇਗੀ ਮੈਂ ਸਿੰਪਲ ਗੱਲ ਕਰਾਂ ਸਰਕਾਰ ਕਹਿੰਦੀ ਹੈ ਕਿ ਇਹ ਤਿੰਨੋਂ ਬਿੱਲਾ ਪਾ ਲਿਆਦੇ ਨੇ ਕਿਉਂਕਿ ਕਿਸਾਨ ਦੀ ਆਮਦਨ ਵੜੇ ਉਹਨੂੰ ਨਵੇਂ ਆਪਸ਼ਨ ਮਿਲੇ ਮੇਰਾ ਸੁਝਾਅ ਹੈ ਦੇਖੀਂ ਕਿ ਹਲ ਦੇਣ ਲੱਗਿਓ ਕੋਈ ਹਮ ਸੁਝਾਅ ਦਿੰਦੇ ਹਾਂ ਮੈਂ ਦਸ ਕਾਨੂੰ ਕਰਦੇ ਆ ਤੇਰਾ ਖਬਰਦਾਰ ਵੀ ਹਲ ਦੇਣ ਲੱਗੇ ਨੇ ਮੈਂ ਹਲ ਦੇਣ ਲੱਗਾ ਮੈਂ ਇਹ ਕਹਿਣ ਲੱਗਾ ਵੀ ਜੀ ਇੰਨਾ ਹੀ ਫਾਇਦਾ ਕਿਸਾਨ ਦਾ ਹੋਣਾ ਹੈ ਤੇ ਸਰਕਾਰ ਜਿਹੜੀ ਹੈ ਕਿਸਾਨਾਂ ਤੋਂ ਪ੍ਰੋਕਿਊਰ ਕਰਕੇ ਕਾਰਪੋਰੇਟ ਨੂੰ ਵੇਚ ਦਿਆ ਕਰੇ ਫਾਇਦਾ ਆਪ ਲੈ ਲੇ ਤੇ ਫਿਰ ਵੰਡ ਦੇਵੇ ਸਾਨੂੰ ਵਨ ਦੇ ਵੇ ਉਹ ਤਾਂ ਕੋਈ ਉਹਨੂੰ ਨਵੇਂ ਸਕੂਲ ਖੋਲ ਦੇ ਨਵੇਂ ਹਸਪਤਾਲ ਖੋਲ ਦੇਵੇ ਲੋਕਾਂ ਦੀਆਂ ਸੜਕਾਂ ਬਣਾ ਦੇਵੇ ਵਿਕਾਸ ਕਰ ਦੇਵੇ ਇਹ ਤਾਂ ਕੋਈ ਔਖੀ ਗੱਲ ਨਹੀਂ ਨਾ ਵੀ ਸਰਕਾਰ ਪ੍ਰੋਕਿਓਰ ਨਾ ਦੋਨੋਂ ਸਾਈਡਾਂ ਜੇਤੂ ਦੋਨੋਂ ਸਾਈਡਾਂ ਜੇਤੂ ਸਰਕਾਰ ਨੇ ਪ੍ਰੋਕਿਓਰ ਕਰਨਾ ਐਮਐਸਪੀ ਸਰਕਾਰ ਨੇ ਦੇਣੀ ਹੈ ਕਹਿ ਰਹੇ ਅਸੀਂ ਦਵਾਂਗੇ ਅਸੀਂ ਪ੍ਰੋਕਿਓਰ ਵੀ ਕਰਾਂਗੇ ਇਹ ਕਰ ਲਓ ਨਾ ਪ੍ਰੋਕਿਓਰ ਪ੍ਰਾਈਵੇਟ ਨੂੰ ਖਰੀਦੇ ਨਹੀਂ ਨਾ ਦਵੇ ਹਾਂ ਨਾ ਦਵੇ ਤਾਂ ਫਿਰ ਉਹਨਾਂ ਨੂੰ ਸਾਰਾ ਕੁਝ ਆਪ ਪ੍ਰੋਕਿਓਰ ਕਰ ਲੇ ਤੇ ਹੀ ਫੈਸਲਾ ਹੀ ਕਿਉਂ ਸਾਰਾ ਕੁਝ ਆਪ ਪ੍ਰੋਕਿਓਰ ਕਰੇ ਤੇ ਵੇਚ ਹਾਂ ਉਹਨਾਂ ਨੂੰ ਦੇ ਦੇ ਉਹ ਆਮਦਨ ਕਮਾਵੇ ਜਿਹਦੇ ਨਾਲ ਐਜੂਕੇਸ਼ਨ ਹੈ 11ਵੇਂ ਗੇੜ ਦੀ ਗੱਲਬਾਤ ਵਿੱਚ ਇਹ ਪ੍ਰੋਪੋਜ਼ਲ ਲੈ ਕੇ ਚੱਲੀ ਜਾਈਗੀ ਇਹਦੇ ਨਾਲ ਕਿਉਂਕਿ ਮੈਂ ਇਹ ਕਿਉਂ ਕਹਿ ਰਿਹਾ ਜੇ ਇਹ ਇੰਨਾ ਹੀ ਫਾਇਦੇਮੰਦ ਹੈ ਤਾਂ ਸਟੇਟ ਆਪ ਫਾਇਦਾ ਲੈ ਲੈ ਸਟੇਟ ਲੋਕਾਂ ਦੀ ਸਟੇਟ ਹੈ ਲੋਕਾਂ ਲਈ ਹੈ ਉਹਨਾਂ ਲਈ ਕੰਮ ਕਰਨ ਲਈ ਕਮੇਟੀ ਹਾਂ ਵੀ ਵਾਂਟ ਦ ਗਵਰਨਮੈਂਟ ਟੂ ਬੀ ਰਿਚ ਮੈਂ ਤਾਂ ਚਾਹਣਾ ਸਰਕਾਰਾਂ ਕੋ ਸਰਕਾਰ ਕੋਲ ਪੈਸਾ ਹੋਵੇ ਤਾਂ ਸਾਡੇ ਤੋਂ ਇਲਾਵਾ ਸੋ ਇਹ ਇੱਕ ਤਾਂ ਇਹ ਹੈ ਦੂਜੀ ਗੱਲ ਇਹ ਨਾਲ ਜੁੜੀ ਹੋਈ ਇੰਟਰਸਟਿੰਗ ਜੁੜੀ ਹੋਈ ਗੱਲ ਜਿਹੜੀ ਆਮ ਤੌਰ ਤੇ ਕਹੀ ਜਾਂਦੀ ਹੈ ਕਿ ਜੀ ਫੈਡਰਲਿਜ਼ਮ ਦਾ ਇਸ਼ੂ ਹੈ ਫੈਡਰਲ ਸਟਰਕਚਰ ਨੂੰ ਇਹ ਕਰਤਾ ਉਹ ਕਰਤਾ ਇਹ ਗੱਲਾਂ ਹੁੰਦੀਆਂ ਨੇ ਲਓ ਮੇਰਾ ਇਹ ਸੁਝਾ ਕਿ ਜਿਹੜੀ ਸਟੇਟ ਗਵਰਨਮੈਂਟ ਹੈ ਉਹ ਆਪਣੀ ਰਿਸਪੌਂਸਿਬਿਲਟੀ ਕਿਉਂ ਐਬਡੀਕੇਟ ਕਰਦੀ ਹੈ ਸਰਕਾਰ ਹੈ ਉਹ ਕਹੇ ਠੀਕ ਹੈ ਸੈਂਟਰ ਤੋਂ ਅਸੀਂ ਅਸ਼ੋਰੈਂਸ ਲੈ ਲੈਣੇ ਹੋ ਐਮਐਸਪੀ ਵੀ ਦੇਣਗੇ ਪ੍ਰੋਕੂਰਮੈਂਟ ਵੀ ਉਹ ਕਹਿੰਦੇ ਕਰਾਂਗੇ ਤੇ ਅਸੀਂ ਪ੍ਰੋਕ्योर ਕਰਾਂਗੇ ਅਸੀਂ ਐਮਐਸਪੀ ਦਵਾਂਗੇ ਔਰ ਅਸੀਂ ਤੁਹਾਨੂੰ ਅਸ਼ੋਰੈਂਸ ਦਿੰਦੇ ਆ ਅਸੀਂ ਸੈਂਟਰ ਤੋਂ ਅਸ਼ੋਰੈਂਸ ਲੈ ਲੈਣੇ ਔਰ ਤੁਹਾਨੂੰ ਗਰੰਟੀ ਕਰਦੇ ਆ ਅਸੀਂ ਤੁਹਾਡੀ ਫਸਲ ਲੈ ਕੇ ਸੈਂਟਰ ਨੂੰ ਦੇਦਿਆ ਕਰਾਂਗੇ ਸਟੇਟ ਤਾਂ ਫਾਈਟ ਹੀ ਨਹੀਂ ਕਰ ਰਹੀ ਕੋਈ ਫੈਡਰਲਿਜ਼ਮ ਲਈ ਫੈਡਰਲ ਜਦੋਂ ਅਮਰਿੰਦਰ ਸਿੰਘ ਨਹੀਂ ਫਾਈਟ ਕਰ ਰਹੇ ਨਹੀਂ ਨਹੀਂ ਫਾਈਟ ਨਹੀਂ ਕਰ ਰਹੇ ਮੈਂ ਇਹ ਕਹਿ ਰਿਹਾ ਫਾਈਟ ਨਾ ਕਰਨ ਪਰ ਇੰਨੀ ਗੱਲ ਕਹਿ ਦੇਣ ਕਿ ਜਿਹੜੀ ਸੈਂਟਰ ਗਵਰਨਮੈਂਟ ਅਸ਼ੋਰੈਂਸ ਦਿੰਦੀ ਹੈ ਉਹ ਸਟੇਟ ਗਵਰਨਮੈਂਟ ਲੈ ਲਵੇ ਸੋ ਇਹ ਸਾਨੂੰ ਸੈਂਟਰ ਨੂੰ ਕਹੋ ਸਾਨੂੰ ਅਸ਼ੋਰੈਂਸ ਦੇ ਦਿਓ ਕਿ ਤੁਸੀਂ ਪ੍ਰੋਕਿਊਰਮੈਂਟ ਵੀ ਕਰੋਗੇ ਲਓਗੇ ਤੇ ਐਮਐਸਪੀ ਵੀ ਲਓਗੇ ਤੇ ਮੈਂ ਅੱਗੇ ਕਿਸਾਨਾਂ ਨੂੰ ਕਹਿ ਦਿੰਦਾ ਕਿ ਮੇਰੀ ਗਰੰਟੀ ਹੈ ਮੈਂ ਤੁਹਾਡੇ ਤੋਂ ਪ੍ਰੋਕਿਊਰ ਕਰਾਂਗਾ ਤੁਹਾਨੂੰ ਐਮਐਸਪੀ ਦਵਾਂਗਾ ਤੇ ਜੇ ਨਹੀਂ ਵਿਕੂਗੀ ਤੇ ਪੰਜਾਬ ਗਿਰਵੀ ਰੱਖਦਾਗਾ ਜੇ ਅਮਰੀਕਾ ਨੇ ਖਰੀਦਨਾ ਅਮਰੀਕਾ ਹੀ ਦੇਲੇ ਗੱਲ ਸਿਰਫ ਇੰਨੀ ਹੈ ਕਿ ਨਾ ਤਾਂ ਪੰਜਾਬ ਗਿਰਵੀ ਰੱਖਿਆ ਜਾਣਾ ਇੱਥੇ ਮੈਂ ਕਹਿਣਾ ਵੀ ਜੇ ਸੈਂਟਰ ਨੇ ਸਲੰਡਰ ਕੀਤਾ ਮਾਰਕੀਟ ਨੂੰ ਸਟੇਟਾਂ ਨੇ ਵੀ ਸਹਿਯੋਗ ਕੀਤਾ ਰਾਜ ਵੀ ਸਲੰਡਰ ਕਰੇ ਬੈਠੇ ਰਾਜ ਵੀ ਸਲੰਡਰ ਕਰੇ ਬੈਠੇ ਲੈਟ ਵੀ ਜੰਪ ਫਰਮ ਇਕਨੋਮਿਕਸ ਟੂ ਪੋਲਿਟਿਕਸ ਕਿ ਸਟੇਟ ਜਿਹੜੀ ਹੈ ਐਂਡ ਸਟੇਟ ਆਮ ਆਸਕਿੰਗ ਇਨ ਟਰਮਸ ਆਫ ਦ ਨੇਸ਼ਨ ਸਟੇਟ ਜਿਹੜੀ ਹੈ ਇਸ ਡਿਡ ਇਸਟੈਬਲਿਸ਼ਮੈਂਟ ਆ ਸਾਡੀ ਰਿਆਸਤ ਆ ਜਿਹੜੀ ਇਜ਼ ਇਟ ਰੋਂਗ ਇਨ ਅੰਡਰਸਟੈਂਡਿੰਗ ਕਿਉਂਕਿ ਇਸ ਕਿਸਮ ਦਾ ਆਲਮੋਸਟ ਇੱਕ ਪ੍ਰਭਾਵ ਦਿੱਤਾ ਜਾ ਰਿਹਾ ਜਿਵੇਂ ਜਿਹੜਾ ਅੰਦੋਲਨ ਹੋ ਰਿਹਾ ਲੋਕ ਸਟੇਟ ਦੇ ਅਗੇਂਸਟ ਖੜੇ ਹੋ ਰਹੇ ਨੇ ਕੀ ਤਿੰਨ ਲਾਜ਼ ਦੇ ਮੁੱਦੇ ਤੇ ਜਿਹੜੀ ਇਹ ਮੂਵਮੈਂਟ ਚੱਲ ਰਹੀ ਹੈ ਇਹ ਕੀ ਸਟੇਟ ਦੀ ਐਕਚੁਅਲੀ ਗ੍ਰੇਟ ਰੈਕੋਗਨੀਸ਼ਨ ਨਹੀਂ ਹੈ ਜੇ ਮੈਂ ਕਹਿੰਨਾ ਮੈਂ ਤੁਹਾਡੇ ਤਿੰਨ ਖੇਤੀ ਕਾਨੂੰਨ ਨਹੀਂ ਮੰਨਦਾ ਤਾਂ ਇਹਦਾ ਮਤਲਬ ਮੈਂ ਤੁਹਾਡੇ ਮੂੰਹ ਤੇ ਤੁਹਾਡੇ ਇਕਬਾਲ ਨੂੰ ਤੁਹਾਡੀ ਰਿਆਸਤ ਨੂੰ ਦਾ ਮੈਂ ਮੰਨ ਰਿਹਾ ਇਹ ਤਾਂ ਸਭ ਤੋਂ ਵੱਡੀ ਰੈਕੋਗਨੀਸ਼ਨ ਆ ਪਤਾ ਨਹੀਂ ਖਾਲਸਤਾਨੀਆਂ ਨੇ ਇਹ ਕਰਨੀ ਸੀ ਜਾਂ ਨਹੀਂ ਕਰਨੀ ਸੀ ਕੇਸਰੀ ਝੰਡੇ ਵਾਲਿਆਂ ਨੇ ਜਾਂ ਲਾਲ ਝੰਡੇ ਵਿੱਚ ਬਹੁਤ ਸਾਰੇ ਇਹੋ ਜਿਹੇ ਹੈਗੇ ਨੇ ਐਲੀਮੈਂਟ ਜਿਹੜੇ ਕਹਿੰਦੇ ਨੇ ਅਸੀਂ ਤਾਂ ਇਸ ਰਿਆਸਤ ਨੂੰ ਨਹੀਂ ਮੰਨਦੇ ਮੈਨੂੰ ਲੱਗਦਾ ਇਹ ਤਾਂ ਬਹੁਤ ਵੱਡੀ ਰੈਕੋਗਨੀਸ਼ਨ ਪ੍ਰਦਾਨ ਕਰ ਰਹੇ ਨੇ ਡੂ ਯੂ ਥਿੰਕ ਸਟੇਟ ਇਜ਼ ਰੋਂਗ ਇਨ ਅੰਡਰਸਟੈਂਡਿੰਗ ਇਹ ਪ੍ਰੋਜੈਕਟ ਕਰਨ ਦੇ ਵਿੱਚ ਕਿ ਜੀ ਇਹ ਸਰਕਾਰ ਦੇ ਖ ਖਿਲਾਫ ਕੋਈ ਜੁਰਮ ਹੋ ਰਿਹਾ ਹੈ ਇਹ ਤਾਂ ਨੇਸ਼ਨ ਸਟੇਟ ਨਹੀਂ ਪਸੰਦ ਕਰਦੇ ਦੇਖੋ ਮੈਨੂੰ ਮੈਂ ਉਹ ਹੀ ਕਿਹਾ ਵੀ ਸਟੇਟ ਵੱਲੋਂ ਵੀ ਕਈ ਤਰ੍ਹਾਂ ਦੇ ਨੈਰੇਟਿਵਸ ਹੈਗੇ ਪਰ ਮੈਂ ਜੇ ਸਟੇਟ ਦਾ ਹੀ ਦੇਖਾਂ ਵੀ ਸਟੇਟ ਨੈਨਾ ਨਾਲ ਨੈਗੋਸ਼ੀਏਟ ਕਰ ਰਹੀ ਹੈ ਗੱਲਬਾਤ ਕਰ ਰਹੀ ਹੈ ਇਹਦਾ ਮਤਲਬ ਸਟੇਟ ਰਿਕੋਗਨਾਈਜ਼ ਕਰਦੀ ਹੈ ਵੀ ਇਸ ਮੂਵਮੈਂਟ 'ਚ ਕਿਤੇ ਨਾ ਕਿਤੇ ਕੋਈ ਸਹੀ ਗੱਲਾਂ ਵੀ ਹੈਗੀਆਂ ਨੇ ਜੀ ਕਿਉਂਕਿ ਸਟੇਟ ਦਾ ਇੱਕ ਆਪਣਾ ਇਹ ਵੀ ਰੋਲ ਹੈ ਕਿ ਵੈਲਫੇਅਰ ਸਟੇਟ ਹੈ ਵੈਲਫੇਅਰ ਸਟੇਟ ਦਾ ਕੰਮ ਹੈ ਕਿ ਮੈਂ ਲੋਕਾਂ ਤੱਕ ਅਨਾਜ ਪਹੁੰਚਾਵਾਂ ਕਹ ਰਿਹਾ ਹਾਂ ਕਿ ਲਮੀ ਲਈ ਮਾਫੀ ਪਰ ਕਿਤੇ ਸਟੇਟ ਇਸ ਕਰ ਲਈ ਤਾਂ ਨਹੀਂ ਕਰ ਰਹੀ ਗਲਬਾਤ ਕਿ ਸਟੇਟ ਅੰਡਰਸਟੈਂਡਸ ਕਿ ਥਿਸ ਇਜ਼ ਦਾ ਬਲੋ ਬੈਕ ਇਹ ਪੁਸ਼ ਬੈਕ ਆਇਆ ਵੱਡਾ ਔਰ ਉਹ 91 ਤੋਂ ਗਿਣਦੇ ਨੇ ਤੁਸੀਂ ਉਹਨਾਂ ਦੀ ਨਿਸ਼ਾਨਦੇ 85 86 ਤੋਂ ਹੀ ਕਰ ਦਿੱਤੀ ਹੈ ਕਿ ਉਸ ਵੇਲੇ ਤੋਂ ਲੈ ਕੇ ਜਿਹੜੀਆਂ ਨੀਤੀਆਂ ਲਗਾਤਾਰ ਚਲੀਆਂ ਆ ਰਹੀਆਂ ਸਨ ਤੁਸੀਂ ਕਿਸਾਨਾਂ ਤੋਂ ਕਾਮਿਆਂ ਤੋਂ ਹਰ ਕਿਸਮ ਦੇ ਹਿੰਦੁਸਤਾਨ ਦੇ ਵੈਲਥ ਪ੍ਰੋਡਿਊਸਿੰਗ ਲੋਕਾਂ ਤੋਂ ਉਹਨਾਂ ਦੀ ਏਜੰਸੀ ਖੋ ਰਹੀ ਸੀ ਸਟੇਟ ਤੇ ਹੁਣ ਜਦੋਂ ਫਾਈਨਲ ਏਜੰਸੀ ਜਾ ਰਹੀ ਹੈ ਲੈਂਡ ਦੇ ਨਾਲ ਬਹੁਤ ਰੈਕੋਗਨੀਸ਼ਨ ਸੀ ਇਸ ਏਜੰਸੀ ਦੀ ਉਹ ਜਦੋਂ ਏਜੰਸੀ ਜਾ ਰਹੀ ਹੈ ਤਾਂ ਇਹ ਵੱਡਾ ਪੁਸ਼ ਬੈਕ ਆਇਆ ਹੈ ਸਟੇਟ ਨੂੰ ਇਹਦੇ ਚੋਂ ਰੈਵੋਲੂਸ਼ਨ ਦੀਆਂ ਚਿੰਗਾਰੀਆਂ ਨਜ਼ਰ ਆ ਰਹੀਆਂ ਨੇ ਇਸ ਕਰਕੇ ਸਟੇਟ ਗੱਲ ਕਰ ਰਹੀ ਹੈ ਦੇਖੋ ਗੱਲ ਇਹ ਹੈ ਕਿ ਇਹਦੇ ਵਿੱਚ ਸਟੇਟ ਨੂੰ ਇਹ ਕੋਈ ਚਿੰਗਾਰੀਆਂ ਉੱਤੇ ਨਜ਼ਰ ਨਹੀਂ ਆਉਂਦੀ ਕੋਈ ਸਟੇਟ ਦਾ ਇੱਕ ਕੰਪਲੈਕਸ ੈਂਟਿਟੀ ਹੁੰਦੀ ਹੈ ਇੱਕ ਲੈਵਲ ਤੇ ਸਟੇਟ ਨੂੰ ਇਹ ਵੀ ਲੱਗਦਾ ਹੈ ਕਿ ਅਸੀਂ ਵੈਲਫੇਅਰ ਦਾ ਇੱਕ ਮੁਕੋਠਾ ਵੀ ਸਾਡੇ ਕੋਲ ਹੈਗਾ ਅਲੀ ਅਸੀਂ ਮਾਰਕੀਟ ਦੀ ਤਰ੍ਹਾਂ ਕੈਲਸਵੀਨੀ ਹੋ ਸਕਦੇ ਬਿਲਕੁਲ ਤੇ ਸਟੇਟ ਨੇਗੋਸ਼ੀਏਸ਼ਨ ਵੀ ਕਰਦੀ ਹੈ ਮੀਡਲ ਪਾਥ ਵੀ ਲੱਭਦੀ ਅਸੀਂ ਇਹਨੂੰ ਕਹਿੰਦੇ ਆ ਸਟੇਟ ਵਾਰ-ਵਾਰ ਆਪਣੇ ਨੂੰ ਰੀਇਨਵੈਂਟ ਕਰਦੀ ਹੈ ਪਰ ਰੀਇਨਵੈਂਟ ਜੋ ਕਰਦੀ ਹੈ ਉਦੋਂ ਥੋੜਾ ਈਗੋ ਵੀ ਚ ਆਂਦੀ ਹੈ ਪ੍ਰੈਸਟੀਜ ਵੀ ਥੱਲੇ ਆਂਦੀ ਹੈ ਹੁਣ ਜਦੋਂ ਇਹ ਕਾਨੂੰਨ ਵਾਪਸ ਲੈਣ ਦੀ ਗੱਲ ਆਉਂਦੀ ਹੈ ਸਟੇਟ ਨੂੰ ਲੱਗਦਾ ਹੈ ਕਿ ਇਹ ਡੈਮੋਕ੍ਰੇਸੀ ਨੂੰ ਬਹੁਤ ਵੱਡਾ ਖਤਰਾ ਹੋਏਗਾ ਜੇ ਅਸੀਂ ਇਹ ਕਾਨੂੰਨ ਵਾਪਸ ਲੈ ਲਈ ਤੇ ਹੋਰ ਕਿਹ ਵੀ ਕਈ ਕਾਨੂੰਨ ਵਾਪਸ ਲੈਣੇ ਪੈਣਗੇ ਸੋ ਮੈਨੂੰ ਸਿਰਫ ਇਹਦੇ ਚ ਇੱਕੋ ਹੀ ਗੱਲ ਮੈਂ ਜਿਹੜੀ ਇਹ ਰਜਿਸਟਰ ਕਰਨਾ ਚਾਹਨਾ ਕਿ ਸਟੇਟ ਜੇ ਇੱਕ ਕਾਨੂੰਨ ਵਾਪਸ ਨਾ ਲੈ ਲੇ ਤੇ ਆਪਣੇ ਆਪ ਨੂੰ ਰੀਅਲ ਵੈਲਫੇਅਰ ਹੀ ਕਰ ਲਵੇ ਕਿ ਮੈਂ ਵੈਲਫੇਅਰ ਸਟੇਟ ਆ ਤੇ ਮੈਂ ਸਾਰਾ ਕੰਮ ਆਪ ਕਰਾਂਗਾ ਪ੍ਰੋਕਿਊਰ ਕਰਾਂਗਾ ਸਭ ਕਰਾਂਗਾ ਮਾਰਕੀਟ ਦਾ ਮੈਂ ਕਿਸਾਨ ਦੇ ਇੰਟਰਸਟ ਨੂੰ ਇਹਦੇ ਨਾਲ ਜੁੜੀ ਹੋਈ ਗੱਲ ਹੀ ਕਹਦਾ ਹੂੰ ਕਿ ਇੱਕ ਡਾਇਵਰਸੀਫਿਕੇਸ਼ਨ ਦੀ ਗੱਲ ਬੜੀ ਹੁੰਦੀ ਹੈ ਮੈਂ ਇਹਨੂੰ ਬੜਾ ਫੈਸ਼ਨੇਬਲ ਸਮਝਦਾ ਗੱਲ ਨੂੰ ਕਿ ਵੀ ਇਸ ਕਰਕੇ ਫੈਸ਼ਨੇਬਲ ਕਿ ਤੁਸੀਂ ਕਹਿੰਦੇ ਜੇ ਡਾਇਵਰਸੀਫਾਈ ਕਰ ਲੈਂਦੇ ਤੇ ਇੱਕ ਇਨਸਾਨ ਦੀ ਇਨਕਮ ਵਧ ਜਾਂਦੀ ਹੂੰ ਨਾ ਮੇਰਾ ਆਰਗੂਮੈਂਟ ਇਹ ਹੈ ਕਿ ਫੂਡ ਅਸੀਂ ਗਰੋ ਕਰਨਾ ਹੈ ਫੂਡ ਸਿਕਿਉਰਿਟੀ ਲਈ ਨੈਸ਼ਨਲ ਸਿਕਿਉਰਿਟੀ ਲਈ ਤੇ ਮੈਂ ਜੇ ਫੂਡ ਜਦੋਂ ਗ로우 ਕਰਦਾ ਤੇ ਮੈਂ ਉਨੀ ਐਮਐਸਪੀ ਦੇਦਾ ਜਿੰਨੀ ਮੈਨੂੰ ਆਇਲ ਸੀਡ ਗ로우 ਕਰਕੇ ਮਿਲਣੀ ਹੈ ਹੂੰ ਕਿਸਾਨ ਕਿਸਾਨ ਦੀ ਤਾਂ ਇਨਕਮ ਹੋ ਗਈ ਮੇਰਾ ਕੰਮ ਹੈ ਜਿਹੜੇ ਲੋਗ ਇਨਾਂ ਕੋਲ ਫੂਡ ਹੈ ਨਹੀਂ ਉਹਨੂੰ ਫੂਡ ਦੇਣਾ ਇਹ ਸਟੇਟ ਦਾ ਕੰਮ ਹੈ ਤੇ ਮੈਂ ਡਾਇਵਰਸੀਫਾਈ ਕਰਨਾ ਹੋਵੇ ਤੇ ਬੱਦੇ ਪ੍ਰਦੇਸ਼ ਚ ਕਰ ਲੈਣਾ ਨਾ ਵੈਸਟਰਨ ਯੂਪੀ ਚ ਕਰ ਲੈਣਾ ਜਿੱਥੇ ਉਹ ਉਹਨਾਂ ਨੂੰ ਮੈਂ ਹੁਣ ਕਣਕ ਉਹ ਲਾਂ ਨੂੰ ਲਾਤਾ ਉਹ ਫੂਡ ਹੁਣ ਗਰੋ ਕਰਣਗੇ ਭਾਈ ਉਹਨਾਂ ਤੋਂ ਡਾਇਵਰਸੀਫਾਈ ਕਰ ਲਓ ਉੱਥੇ ਆਇਲ ਸੀਡ ਗਰਾਗੋਆ ਕਰ ਲਓ ਉਹਨਾਂ ਦੀ ਇਨਕਮ ਵਧਾ ਲਓ ਇੱਥੇ ਕਿਸਾਨ ਨੂੰ ਉਨੀ ਇਨਕਮ ਦੇ ਦੋ ਜਿੰਨੀ ਕੀ ਉਹਨੂੰ ਕਮਰਸ਼ੀਅਲ ਕ੍ਰੌਪ ਉਗਾ ਕੇ ਮਿਲਣੀ ਸੀ ਦੇਰ ਇਜ਼ ਅ ਨੈਸੈਂਸ਼ੀਅਲ ਇੱਕ ਐਸੈਂਸ਼ੀਅਲ ਐਕਸਪਲੋਇਟੇਟਿਵ 엘ਿਮੈਂਟ ਹੈ ਸਟੇਟ ਦਾ ਹਮੇਸ਼ਾ ਰਿਹਾ ਅਸੀਂ ਇਸੇ ਸਟੇਟ ਨੂੰ ਇਸੇ ਤਰੀਕੇ ਨਾਲ ਪੂਸਾ ਇੰਸਟੀਚਿਊਟ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇਹ ਸਭ ਸੰਸਥਾਵਾਂ ਬਣਾ ਬਣਾ ਕੇ ਇੱਕ ਕੈਪੀਟਲ ਇੰਟੈਂਸਿਵ ਐਗਰੀਕਲਚਰ ਦਾ ਮਾਡਲ ਪੁਸ਼ ਕਰਦੇ ਆ ਆਪਣੇ ਸਾਹਮਣੇ ਦੇਖਿਆ ਆ ਰਬੀ ਪ੍ਰੈਕਟਿਸਿਸ ਖਰੀਫ ਪ੍ਰੈਕਟਿਸਿਸ ਦੀਆਂ ਕਿਤਾਬਾਂ ਛਾਪ ਛਾਪ ਇਹ ਵਾਲੇ ਨਹੀਂ ਕਿ ਬੂਟੇ ਕਿੰਨੀ ਕਿੰਨੀ ਦੂਰੀ ਤੇ ਲਾਓ ਬਲਕਿ ਇਸ ਮੌਸਮ ਵਿੱਚ ਇਹ ਵਾਲੀ ਖਾਦ ਪਾਓ ਇਹ ਵਾਲੀ ਕੀੜੇ ਮਾਰ ਦਵਾਈ ਇਹ ਵਾਲੀ ਹੋਰ ਫਰਟੀਲਾਈਜ਼ਰ ਪਾਓ ਟਰੈਕਟਰ ਖਰੀਦੋ ਕੰਬਾਈਨਾ ਲਾਓ तमाम तरह ਦੇ ਸੰਧ ਕਿਸਾਨਾਂ ਦਾ ਜਿਹੜਾ ਖੇਤ ਕਿਸਾਨ ਮੇਲਾ ਹੁੰਦਾ ਯੂਨੀਵਰਸਿਟੀ ਦਾ ਉਹ ਮੈਕਨਾਈਜ਼ੇਸ਼ਨ ਦੀ ਇੱਕ ਵੱਡੀ ਐਗਜ਼ੀਬਿਸ਼ਨ ਹੁੰਦੀ ਹੈ ਤੇ ਇਹ ਸਾਰੇ ਦੇ ਵਿੱਚ ਮੇਰਾ ਖਿਆਲ ਜਿਸ ਵੇਲੇ ਤੋਂ ਇਹ ਕਹਿੰਦੇ ਨੇ ਕਿ ਪਾਲਿਸਿਜ਼ ਆ ਗਈਆਂ ਸੀ ਗਲੋਬਲਾਈਜ਼ੇਸ਼ਨ ਦੀਆਂ ਉਸੇ ਵੇਲੇ ਹੀ ਵੰਦਨਾ ਸ਼ਿਵਾਵਲੀ ਕਿਤਾਬ ਆ ਗਈ ਸੀ ਵਾਇਲੈਂਸ ਆਫ ਦਾ ਗ੍ਰੀਨ ਰੈਵੋਲੂਸ਼ਨ ਸੋ ਸਾਨੂੰ ਉਸ ਵੇਲੇ ਪਤਾ ਸੀ 1991 ਚ ਸਾਨੂੰ ਪਤਾ ਸੀ ਕਿ ਇਹ ਸਾਡੇ ਖੇਤਾਂ ਨਾਲ ਮਿੱਟੀ ਪਵਨ ਪਾਣੀ ਨਾਲ ਕੀ ਕਰ ਰਹੀ ਹੈ ਤਾਂ ਫਿਰ ਅੱਜ ਤੱਕ ਅਸੀਂ 2021 ਦੇ ਵਿੱਚ ਬੈਠੇ ਆ ਅਸੀਂ ਤਿੰਨ ਦਹਾਕੇ ਜੇ ਸਟੇਟ ਦਾ ਐਕਸਪਲੋਇਟੇਟਿਵ ਕੈਰੈਕਟਰ ਰਹਿੰਦਾ ਤਾਂ ਅੱਜ ਅਸੀਂ ਸਟੇਟ ਦਾ ਕੋਈ ਵੈਲਫੇਅਰ এজেন্ডਾ ਵੀ ਹੋਵੇਗਾ ਇਹਦੇ ਤੇ ਕਿਸਾਨ ਕਿਦਾਂ ਇਤਬਾਰ ਕਰ ਲਵੇ ਨਹੀਂ ਤੁਸੀਂ ਦੇਖੋ ਇਹਦੇ ਚ ਜਿਹੜੀ ਸਾਨਾ ਵੱਡੀ ਗੱਲ ਹੈ ਜੇ ਮਿਡੀਅਮ ਲੱਗਦੀ ਹੈ ਕਿ ਸਟੇਟ ਦਾ ਜਿਹੜਾ ਇੱਕ ਮੇਨ ਫੰਕਸ਼ਨ ਹੈ ਡਿਸਟ੍ਰੀਬਿਊਟਿਵ ਜਸਟਿਸ ਦਾ ਜੀ ਫੂਡ ਤੇ ਜਦੋਂ ਮੈਂ ਗੱਲ ਕਰਦਾ ਤੇ ਉਦੋਂ ਮੈਂ ਡਿਸਟ੍ਰੀਬਿਊਟਿਡ ਜਸਟਿਸ ਨੂੰ ਕੋਰ ਮੰਗਦਾ ਉਹਦੇ ਵਿੱਚ ਸਾਰਾ ਕੁਝ ਆਉਂਦਾ ਜਿ ਫੂਡ ਵੀ ਆਉਂਦਾ ਉਹਦੇ ਵਿੱਚ ਨਿਆ ਵੀ ਆਉਂਦਾ ਸਿੱਖਿਆ ਵੀ ਆਉਂਦੀ ਸਿਹਤ ਆਉਂਦੀ ਸਭ ਕੁਝ ਆਉਂਦਾ ਪਰ ਜੇ ਮੈਂ ਸੋਚਾਂ ਕਿ ਸਿਰਫ ਮੈਂ ਐਫੀਸ਼ੀਐਂਸੀ ਤੇ ਪ੍ਰੋਡਕਸ਼ਨ ਹੀ ਵਧਾਣੀ ਹੈ ਹੂੰ ਤੇ ਮੈਂ ਉਹ ਚ ਡਿਸਟ੍ਰੀਬਿਊਟ ਕਿਦਾਂ ਕਰਨਾ ਹੈ ਜੀਡੀਪੀ ਵਧਾਣੀ ਹੈ ਇਹ ਤਾਂ ਲਾਲਜ ਦੀ ਦੁਕਾਨ ਹੈ ਨਾ ਹਾਂਜੀ ਤੇ ਤੁਸੀਂ ਇਹ ਕੀ ਕਹਿ ਰਹੇ ਹੋ ਕੀ ਐਫੀਸ਼ੀਐਂਸੀ ਵੱਧ ਜਾਊਗੀ ਕਾਰਪੋਰੇਟ ਆ ਜਾਏਗਾ ਵੱਡੇ ਵੱਡੇ ਫਾਰਮ ਹੋ ਜਾਣਗੇ ਟੈਕਨੋਲੋਜੀ ਆ ਜਾਏਗੀ ਐਗਰੀਕਲਚਰ ਵਧੀਆ ਕਰਨ ਲੱਗ ਜਾਏਗਾ ਉਹੀ ਸਭ ਕੁਝ ਹੋ ਰਿਹਾ ਹੈ ਪੀਐਜੂ ਦੇ ਵਿੱਚ ਮੈਨੂੰ ਤਾਂ ਕੋਈ ਤਰਾਜ ਨਹੀਂ ਇੱਥੇ ਐਗਰੀਕਲਚਰ 더 ਬਹੁਤ ਵਧੀਆ ਕਰ ਜੋਗੇ ਪਰ ਇੱਕ ਕਿਸਾਨ ਉਹਦਾ ਕੀ ਹੋਊਗਾ ਇੱਕ ਜਿਹੜਾ ਗਰੀਬ ਹੈ ਜਿਹਨੂੰ ਖਾਣਾ ਮਿਲਦਾ ਤੁਸੀਂ ਉਹਨੂੰ ਕਹਿ ਦਿੰਦੇ ਹੋ ਕਿ ਐਫੀਸ਼ੀਐਂਸੀ ਜਿਹੜੀ ਹੈਗੀ ਹੈ ਉਹ ਐਫੀਸ਼ੀਐਂਟਲੀ ਐਲੀਮੀਨੇਟ ਕਰੇਗੀ ਇਕ ਕਿਸਾਨ ਨੂੰ ਕਿਸਾਨ ਮਜ਼ਦੂਰ ਨੂੰ ਉਹਨੂੰ ਐਫੀਸ਼ੀਐਂਟਲੀ ਹਟਾਈ ਐਫੀਸ਼ੀਐਂਟਲੀ ਕਿਸਾਨ ਨੂੰ ਜ਼ਮੀਨ ਤੋਂ ਅਲੱਗ ਕਰ ਦੇਗੀ ਜ਼ਮੀਨ ਤੋਂ ਅਲੱਗ ਜ਼ਮੀਨ ਨੂੰ ਹੋਰ ਵਧੀਆ ਤਰੀਕੇ ਨਾਲ ਯੂਜ਼ ਕੀਤਾ ਜਾਏਗਾ ਤੇ ਕੋਈ ਹੋਰ ਜਿਹਦਾ ਨਾਮ ਅੱਜਕੱਲ ਵੱਡੇ ਟਾਵਰਾਂ ਤੇ ਲਿਖਿਆ ਹੋਇਆ ਹੈ ਇਹਦੇ ਚੋਂ ਪੈਸਾ ਕਮਾਏਗਾ ਪੈਸਾ ਕਮਾਣਗੇ ਉਦੋਂ ਇਹਦਾ ਮਤਲਬ ਇਹ ਹੈ ਕਿ ਐਫੀਸ਼ੀਐਂਸੀ ਮੇਰਾ ਕੋਰ ਪ੍ਰਿੰਸੀਪਲ ਬਣ ਗਿਆ ਕਿ ਮੈਂ ਐਫੀਸ਼ੀਐਂਟਲੀ ਔਰ ਇਫੈਕਟਿਵਲੀ ਲੋਕਾਂ ਲਈ ਟ੍ਰੈਜੇਡੀਜ਼ ਪ੍ਰੋਡਿਊਸ ਕਰਾਂਗਾ ਤੇ ਮੈਨੂੰ ਸਪੋਰਟ ਕਰੋ ਤੇ ਇੱਕ ਪਾਸੇ ਮੈਂ ਪ੍ਰੋਡਕਸ਼ਨ ਵੀ ਵਧਾ ਲਾਂਗਾ ਸੋ ਲੈਟ ਮੀ ਆਸਕ ਸੋ ਐਫੀਸ਼ੀਐਂਸੀ ਆਪਣੇ ਆਪ ਚ ਕੋਈ ਵੈਲਿਊ ਨਹੀਂ ਹੋਇਆ ਕਰਦੀ ਸੋ ਲੈਟ ਮੀ ਆਸਕ ਦਿਸ ਕੀ ਆਈਡੀਆ ਆਫ ਸਟੇਟ ਬਦਲ ਗਿਆ ਹੈ ਮਤਲਬ ਕੀ ਹੁਣ ਸਟੇਟ ਇੱਕ ਪ੍ਰਾਈਵੇਟ ਐਂਟੀਟੀ ਦੇ ਤੌਰ ਦੇ ਉੱਤੇ ਦੇਖੀ ਜਾਵੇ ਮਤਲਬ ਇਟਸ ਨੋਟ ਕਿ ਸਰਕਾਰ ਹੈ ਚੰਗੀ ਹੈ ਜਾਂ ਮਾੜੀ ਹੈ ਚੰਗੀਆਂ ਸਰਕਾਰਾਂ ਆਂਦੀਆਂ ਨੇ ਮਾੜੀਆਂ ਆਂਦੀਆਂ ਨੇ ਇਹ ਹੁਣ ਐਕਚੁਅਲੀ ਸਰਕਾਰ ਨਹੀਂ ਹੈ ਇਹ ਇਹ ਪ੍ਰੌਕਸੀ ਹੈ ਕਿਸੇ ਹੋਰ ਦੀ ਕੋਈ ਹੋਰ ਅਸਲ ਵਿੱਚ ਮਾਲਕ ਹੈ ਤੇ ਇਹ ਉਹਦੀ ਜਗ੍ਹਾ ਦੇ ਉੱਤੇ ਬੈਠੇ ਹੋਏ ਨੇ ਇਹ ਇੱਕ ਇਹੋ ਜਿਹਾ ਬਿਆਨੀ ਹੈ ਕਿਸ ਤਰ੍ਹਾਂ ਦਾ ਨੈਰੇਟਿਵ ਹੈ ਡਿਸਕurs ਹੈ ਜਿਹੜਾ ਸਿੰਘੂ ਬਾਰਡਰ ਦੇ ਉੱਤੇ ਬਹੁਤ ਪੜ੍ਹੇ ਲਿਖੇ ਨੂੰ ਤੇ ਬਿਲਕੁਲ ਅਨਪੜ੍ਹ ਕਿਸਾਨ ਦੋਹਾਂ ਨੂੰ ਇੱਕੋ ਜੇ ਸਾਫ਼ ਸਾਫ਼ ਗੋਚਰੇ ਤਰੀਕੇ ਨਾਲ ਸਮਝ ਆ ਰਿਹਾ ਤੇ ਇਸੇ ਕਰਕੇ ਜਿਉ ਟਾਵਰਾਂ ਨੂੰ ਤਾਲੇ ਲਾਂ ਜਾਂਦੇ ਨੇ ਤਾਲੇ ਚੜ੍ਹਨ ਜਾਂਦੇ ਨੇ ਤੇ ਇਸ ਕਰਕੇ ਕਿ ਇਹ ਸਮਝ ਉਹਨਾਂ ਦੀ ਵਿਕਸਿਤ ਹੋ ਗਈ ਹੈ ਕਿ ਸਟੇਟ ਦੀ ਖਾਸਾ ਸਟੇਟ ਦੀ ਨੇਚਰ ਬਦਲ ਗਈ ਹੈ ਸਟੇਟ ਇਹਨੂੰ ਬਦਲਣ ਲਈ ਇਸ ਪਰਸਪੈਕਸ਼ਨ ਨੂੰ ਠੀਕ ਕਰਨ ਲਈ ਕੀ ਕਰ ਰਹੀ ਹੈ ਕਿ ਤੁਸੀਂ ਮੈਂ ਇਸ ਕਰਕੇ ਪਹਿਲਾਂ ਪੁੱਛਿਆ ਸੀ ਕਿ ਤੁਸੀਂ ਕੋਈ ਮੇਜਰ ਕਨਫਲਿਕਟ ਦੇਖ ਰਹੇ ਹੋ ਸਟੇਟ ਵਰਸਸ ਪੀਪਲ ਕੀ ਇਹ ਸਟੇਟ ਵਰਸਸ ਪੀਪਲ 1.0 ਹੈ ਤੇ ਸਟੇਟ ਵਰਸਸ ਪੀਪਲ 2.0 ਬਹੁਤ ਖਤਰਨਾਕੀ ਚੀਜ਼ ਹੋ ਸਕਦੀ ਹੈ ਦੇਖੋ ਮੈਂ ਤੁਸੀਂ ਵਾਰ-ਵਾਰ ਮੈਨੂੰ ਇਹ ਕਹਿ ਰਹੇ ਹੋ ਕਿ ਸਟੇਟ ਵਾਟ ਟੈਲਸ ਇਸ ਰੈਵੋਲੂਸ਼ਨ ਸਟੇਟ ਵਰਸਸ ਪੀਪਲ ਮੈਨੂੰ ਕਹਿ ਰਹੇ ਹੋ ਵੀ ਇਹ ਹੋਏਗਾ ਇਹ ਇਦਾਂ ਨਹੀਂ ਹੋਇਆ ਕਰਦਾ ਕਿਉਂਕਿ ਜਦੋਂ ਅਲੱਗ-ਅਲੱਗ ਤਰ੍ਹਾਂ ਦੀਆਂ ਜਮਾਤਾਂ ਸਟੇਟ ਦੇ ਵਿੱਚ ਹੁੰਦੀਆਂ ਨੇ ਕੁਝ ਜਮਾਤਾਂ ਨੂੰ ਇਹ ਸਟੇਟ ਦੀ ਪੋਲਿਟਿਕ ਜ਼ਰੂਰ ਫਾਇਦਾ ਪਹੁੰਚਾਉਂਦੀ ਹੈ ਜਿਹੜਾ ਜਿਹੜੇ ਬੰਦੇ ਮਾਰਜਿਨਸ ਆਫ ਸਟੇਟ ਤੇ ਹੁੰਦੇ ਨੇ ਗਰੀਬ ਇੱਕ ਗਰੀਬ ਕਿਸਾਨ ਇੱਕ ਗਰੀਬ ਮਜ਼ਦੂਰ ਇਹ ਉਹ ਹੌਲੀ ਹੌਲੀ ਉਹ ਪ੍ਰੋਸੈਸ ਜੋ ਨਿਕਲ ਜਾਂਦੇ ਨੇ ਉਹਨਾਂ ਕੋਲ ਐਸੈਟ ਨਹੀਂ ਜਾਂਦੇ ਇਨਕਮ ਨਹੀਂ ਰਹਿੰਦੀ ਪਰ ਇੱਕ ਹੋਰ ਤਬਕਾ ਜਿਹੜਾ ਹੈਗਾ ਉਹ ਸਟੇਟ ਦੇ ਉਹ ਕੰਟਰੋਲ ਕਰਨ ਲੱਗ ਜਾਂਦਾ ਜਦੋਂ ਮੈਂ ਕਈ ਵਾਰ ਕਿਹਾ ਜਿਵੇਂ ਮੀਡੀਅਮ ਕਲਾਸ ਸਾਡੀ ਮੂਵ ਇਨ ਕੀਤੀ ਜਦੋਂ ਮੈਂ ਕਈ ਵਾਰ ਕਿਹਾ ਕਿ ਜਦੋਂ ਅਸੀਂ ਕਹਿੰਦੇ ਆ ਕਿ ਵੀ ਜਿਹੜੇ ਲੋਕ ਵੋਟਾਂ ਪਾਉਂਦੇ ਨੇ ਸਰਕਾਰ ਉਹਨਾਂ ਦੇ ਨਹੀਂ ਬੰਦੀ ਹੂੰ ਜਿਹੜੇ ਲੋਗ ਸਰਕਾਰ ਨੂੰ ਚਲਾਉਂਦੇ ਨੇ ਸਾਡੇ ਵਰਗੇ ਸਰਕਾਰ ਉਹਨਾਂ ਦੀ ਹੁੰਦੀ ਹੈ ਤੇ ਉਦੋਂ ਅਸੀਂ ਇਹ ਕਹਿਣ ਲੱਗ ਜਾਂਦੇ ਆ ਉਹਦੇ ਤੋਂ ਅਸੀਂ ਪ੍ਰੋਮਿਸ ਕਰਕੇ ਆਨੇ ਆ ਤੁਹਾਨੂੰ ਇਹ ਦਵਾਂਗੇ ਉਹਨਾਂ ਨੂੰ ਅਸੀਂ ਜਦੋਂ ਪਾਵਰ ਚ ਆ ਜਾਂਦੇ ਆ ਅਸੀਂ ਕਹਿੰਨੇ ਆ ਸਾਡੇ ਵਰਗੇ ਬੰਦੇ ਸਮਝਾਉਂਦੇ ਨੇ ਸਰਕਾਰ ਨੂੰ ਵੀ ਇਹ ਤਾਂ ਖਰਾਤ ਹੈ ਇਹ ਤਾਂ ਡੋਲਦਾ ਇਹ ਨਹੀਂ ਦੇਣੀਆਂ ਚਾਹੀਦੀਆਂ ਅਸੀਂ ਸਬਸਿਡੀ ਨੂੰ ਵੀ ਡੋਲ ਕਹਿਣ ਲੱਗ ਜਾਂਦੇ ਆ ਅੱਜ ਜੇ ਯੂ ਐਸ ਏ ਦੇ ਵਿੱਚ ਆਪਾਂ ਪਹਿਲੇ ਵੀ ਬੜੀ ਵਾਰ ਗੱਲ ਕੀਤੀ ਹੈ 60000 ਡਾਲਰ ਜੇ ਪਰ ਫਾਰਮਰ ਨੂੰ ਸਬਸਿਡੀ ਮਿਲਦੀ ਹੈ ਇਹ ਹਿੰਦੁਸਤਾਨ 'ਚ 260 ਡਾਲਰ ਕਿਉਂ ਵੀ ਘੱਲੀ ਮਿਲਦੀ ਹੈ ਤੁਸੀਂ ਇੱਥੇ ਸਬਸਿਡੀ ਕਿਉਂ ਨਹੀਂ ਇਹਨੂੰ ਵਧਾ ਸਕਦੇ ਜੇ ਜੇ ਅਸੀਂ ਪਾਲਿਸੀ ਜਿਹੜੀਆਂ ਨੇ ਯੂ ਐਸ ਏ ਵਰਗੀਆਂ ਹੀ ਲਿਆਣੀਆਂ ਨੇ ਤੇ ਕਮ ਸੇ ਕਮ ਯੂ ਐਸ ਏ ਵਾਂਗੂ ਸਬਸਿਡੀ ਦਾ ਦੇ ਦਿਓ ਸੀ ਕਿਸਾਨ ਕੱਲ ਨੂੰ ਭੁੱਖਾ ਨਾ ਮਰੇ ਤੇ ਉਹ ਕਿਸਾਨ ਦੇ ਨਾਲ ਨਾਲ ਇਹ ਗਰੀਬ ਆਦਮੀ ਭੁੱਖਾ ਨਾ ਮਾਰੇ ਉਹਦੇ ਨਾਲ ਨਾਲ ਦੇਸ਼ ਦੀ ਸਿਕਿਉਰਿਟੀ ਖਤਰੇ ਦੇ ਨਾ ਪਏ ਮੈਂ ਪੀਪਲ ਵਰਸ ਸਟੇਟਮੈਂਟ ਲੱਗਦਾ ਥੋੜਾ ਜਿਆਦਾ ਗਿਆ ਤਾਂ ਮਤਲਬ ਵਾਟ ਆਈ ਵਾਂਟ ਯੂ ਟੂ ਸੇ ਬਸ ਪੀਪਲ ਵਰਸ ਸਟੇਟ ਲੱਗਦਾ ਜਿੱਦਾਂ ਬੰਦਾ ਤਾਜ਼ਾ ਤਾਜ਼ਾ ਅਰੁੰਦਤੀ ਰਾਏ ਪੜ ਕੇ ਆਇਆ ਹੋਵੇ ਤੇ ਗਰਮ ਹੋਇਆ ਹੋਵੇ ਵਾਟ ਆਈ ऍम ਆਸਕਿੰਗ ਇਜ਼ ਕਿ ਕੀ ਕ੍ਰਾਈਸਿਸ ਆਫ ਕੰਫੀਡੈਂਸ ਤਾਂ ਹੈ ਪੀਪਲ ਤੇ ਸਰਕਾਰ ਮੇ ਨਹੀਂ ਬਿਜਲੀ ਪਲਾਂਟ ਗਵਰਨਮੈਂਟ ਨਹੀਂ ਮੈਂ ਤੁਹਾਨੂੰ ਦੱਸਦਾ ਜਦੋਂ ਪਾਰਟੀਆਂ ਨੂੰ ਬਾਹਰ ਰੱਖਿਆ ਤੇ ਇੱਕ ਟਰਸਟ ਡੈਫਿਸਿਟ ਪਾਰਟੀਆਂ ਮੀਡੀਏਟਿੰਗ ਫੈਕਟਰ ਸੀ ਗਿਆ ਉਹ ਬਾਹਰ ਹੋ ਗਈ ਨ ਉਹ ਹੁਣ ਹੁਣ ਇਹ ਵੀ ਡੇਂਜਰਸ ਸਿਚੁਏਸ਼ਨ ਹੈ ਜੀ ਇਮੀਡੀਏਟ ਵਿੱਚ ਨਾ ਰਵੇ ਨਹੀਂ ਇਸੇ ਕਰਕੇ ਮੈਂ ਕਿਹਾ ਕਿ ਇੱਕ ਨਵੀਂ ਪਾਰਟੀ ਦੀ ਹੋਂਦ ਦੀ ਕੋਸ਼ਿਸ਼ ਹੁੰਦੀ ਰਹੀ ਹੈ ਪਹਿਲੇ ਵੀ ਨਵੀਆਂ ਪਾਰਟੀਆਂ ਆndੀਆਂ ਰਹੀਆਂ ਤੇ ਉਹ ਵੀ ਮੇਨਸਟ੍ਰੀਮ ਹੋ ਗਈਆਂ ਨੇ ਉਹ ਵੀ ਉਸੇ ਹੀ ਰਾਜਨੀਤੀ ਦਾ ਹਿੱਸਾ ਹੋ ਗਈਆਂ ਜਿਹੜੇ ਪਹਿਲੇ ਵਾਲੀ ਰਾਜਨੀਤੀ ਸੀ ਇਹਦਾ ਇਹਦਾ ਕੋਈ ਇੰਤਜ਼ਾਰ ਕਰ ਰਹੇ ਨੇ ਤੋਮਰ ਸਾਹਿਬ ਤੋਮਰ ਸਾਹਿਬ ਫੀਸ ਗਲਤ ਮੋਦੀ ਜੀ ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ ਵਾਪਸ ਆਵਾਂਗੇ ਖਾਸ ਤੌਰ ਤੇ ਇੱਕ ਸਵਾਲ ਪੁੱਛਣ ਲਈ ਤੁਹਾਡੇ ਤੋਂ ਕਿ ਇਹ ਜਿਹੜਾ ਬਾਰਡਰ ਤੇ ਅੰਦੋਲਨ ਜਿਸ ਤਰੀਕੇ ਨਾਲ ਚੱਲ ਰਿਹਾ ਹੈ ਕਿਉਂਕਿ ਅੰਦੋਲਨ ਦੇ ਵਿੱਚ ਜੋਸ਼ ਦੀ ਨਾਰਿਆਂ ਦੀ ਬੜੀ ਗੱਲ ਹੁੰਦੀ ਹੈ ਤੇ ਹੁਣ ਗੱਲ ਜਿਹੜੀ ਹੈ ਅੰਦੋਲਨ ਦੇ ਵਿੱਚ ਉਹ ਪਿਆਰ ਮੁਹੱਬਤ ਭਾਈਚਾਰੇ ਦੀ ਲੰਗਰ ਦੀ ਇਹ ਜਿਹੜੀ ਸਾਂਝੀ ਵਿਰਾਸਤ ਦੀ ਹੋ ਰਹੀ ਹੈ what does this say uh, about us ਇਹ ਸਾਡੇ ਬਾਰੇ ਕੀ ਕਹਿੰਦਾ we'll talk about this after this break ਬ੍ਰੀਕ ਤੋਂ ਬਾਅਦ ਫਿਰ ਸਵਾਗਤ ਹੈ ਚਰਚਾ ਕਰ ਰਹੇ ਹਾਂ ਕਿਸਾਨੀ ਅੰਦੋਲਨ ਬਾਰੇ ਅੰਦੋਲਨ ਦੇ ਨਾਲ ਜੁੜੇ ਤਿੰਨ ਖੇਤੀ ਬਿੱਲ ਵਾਪਸ ਹੋਣਗੇ ਨਹੀਂ ਵਾਲੇ ਸਵਾਲ ਨੂੰ ਛੱਡ ਕੇ ਬਾਕੀ ਦੇ ਵਡੇਰੇ ਸਵਾਲਾਂ ਬਾਰੇ ਸਾਡੇ ਨਾਲ ਚਰਚਾ ਵਿੱਚ ਸ਼ਾਮਿਲ ਨੇ ਡਾਕਟਰ ਪ੍ਰਮੋਦ ਕੁਮਾਰ ਜੀ ਡਾਕਟਰ ਪ੍ਰਮੋਦ ਕੁਮਾਰ ਜੀ ਟੈਲ ਮੀ ਦਿਸ ਇਸ ਗਾਂਧੀ ਬੈਕ ਕਿ ਦੇਖੋ ਨਾਨ ਵਾਇਲੈਂਟ ਜਿਹੜੀ ਮੂਵਮੈਂਟ ਦੇ ਮੂਜਸਮੇ ਮਹਾਤਮਾ ਗਾਂਧੀ ਸਨ ਅਜੇ ਕਿ ਨਾਨ ਵਾਇਲੈਂਟ ਮੂਵਮੈਂਟ ਤੇ ਮੈਨੂੰ ਲੱਗਦਾ ਜਿਹੜੇ ਵੱਡੇ ਮੁਜਸਮੇ ਅਸੀਂ ਦੇਖੇ ਉਹ ਸੀ ਮੋਰਚੇ ਦੇਖੇ ਅਕਾਲੀ ਦਲ ਦੇ ਚਾਹ ਗੁਰੂ ਕੇ ਬਾਗ ਦਾ ਮੋਰਚਾ ਹੋਵੇ ਜਾਂ ਨਨਕਾਨਾ ਸਾਹਿਬ ਦਾ ਮੋਰਚਾ ਜਿੱਥੋਂ ਲਗੇ ਸਟਾਰਟ ਹੋਏ ਅ ਸਾਡੇ ਚੋਂ ਬਹੁਤਿਆਂ ਨੇ ਵਾਈਲ ਵੀ ਅ ਗਰੋਇੰਗ ਅਸੀਂ 60s ਦੀਆਂ ਲਹਿਰਾਂ ਬਾਰੇ ਦੇਖਿਆ ਗ੍ਰੈਜੂਲੀ ਇਸ ਤਰ੍ਹਾਂ ਦਾ ਪ੍ਰਭਾਵ ਬਣਦਾ ਜਾ ਰਿਹਾ ਸੀ ਜਿਵੇਂ ਨਾਨ ਵਾਇਲੈਂਟ ਮੂਵਮੈਂਟਸ ਦਾ ਜ਼ਮਾਨਾ ਚਲਾ ਗਿਆ ਸਰਕਾਰ ਪੀਸ ਨਿਕਸ ਦੀ ਨਹੀਂ ਸੁਣਦੀ ਇਹ ਬਾਰਡਰ ਤੇ ਮੋਮਬਤੀਆਂ ਜਗਾਨ ਜਾਂਦੇ ਹੁੰਦੇ ਨੇ ਗੱਲਾਂ ਨਾਰਮਲੀ ਚੰਗੀਆਂ ਕਰਦੇ ਨੇ ਇਹਨਾਂ ਦੀ ਕਦੀ ਸੁਣੀ ਨਹੀਂ ਜਾਂਦੀ ਇਹ ਇਹ ਬਿਨਾ ਗਾਂਧੀ ਲੇਬਲ ਤੋਂ This is Gandhi back at the border ਇਹ ਦਾ ਲੇਬਲ ਪੰਜਾਬ ਦਾ ਹੈ ਇਹਦੇ ਤੇ ਲੇਬਲ ਸਿੱਖੀ ਦੀ ਉਸ ਵਿਰਾਸਤ ਦਾ ਹੈ ਇਹਦੇ ਤੇ ਲੇਬਲ ਕਿਸਾਨੀ ਸੰਘਰਸ਼ ਦਾ ਹੈ ਕੀ ਕਿਸਾਨਾਂ ਨੇ ਡੈਮੋਕਰੈटिक ਅਪਰਾਈジング ਦੀ ਜਾਂ ਸਰਕਾਰਾਂ ਨਾਲ ਰਿਆਸਤ ਦੇ ਨਾਲ ਲੋਕਤੰਤ੍ਰਿਕ ਢੰਗ ਦੇ ਨਾਲ ਇੱਕ ਇੰਟਰਫੇਸਿੰਗ ਕਰਨ ਦਾ ਇੱਕ ਨਵਾਂ ਮਾਡਲ ਇਜਾਦ ਕੀਤਾ ਤੇ ਪੂਰੇ ਦੇਸ਼ ਨੂੰ ਇਹ ਸਿਖਾ ਰਹੇ ਨੇ ਤੇ ਕੀ ਇਹ ਪੋਲੀਟੀਕਲ ਕਲਚਰ ਨੂੰ ਚੇਂਜ ਕਰੇਗਾ ਸਾਡੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਸਾਡੀ ਮੀਡੀਏਟਰ ਹੁੰਦੀਆਂ ਸੀ ਸਿਆਸਤ ਦੇ ਨਾਲ ਕੀ ਉਹ ਇਸ ਤੋਂ ਸਿੱਖ ਕੇ ਵਾਪਸ ਇੰਟਰਫੇਸ ਚੰਗਾ ਬਣਨ ਲਈ ਵਾਪਸ ਆਣ ਗਿਆ ਵਿਲ ਇਟ ਚੇਂਜ ਦਾ ਪੋਲੀਟੀਕਲ ਕਲਚਰ ਦੇਖੋ ਇਥੋਂ ਤਿੰਨ ਮੈਸੇਜ ਬਿਲਕੁਲ ਕਲੀਅਰ ਆਏ ਨੇ ਜਿਹੜੇ ਕਿ ਮੈਂ ਸਮਝਦਾ ਕਿ ਜਿਹੜੇ ਅਸੀਂ ਪੜ੍ਹੇ ਲਿਖੇ ਲੋਕ ਆ ਉਹਨੂੰ ਥੋੜਾ ਸਮਝ ਲੈਣ ਕਿਉਂਕਿ ਇਹ ਕਿਸਾਨ ਉਹ ਉਹ ਅੰਦੋਲਨ ਜਿਹੜਾ ਜ਼ਮੀਨ ਨਾਲ ਜੁੜਿਆ ਹੋ ਅੰਦੋਲਨ ਹੈ ਉਹ ਸਾਨੂੰ ਰਾਜਨੀਤੀ ਦੀ ਬੜੀ ਵੱਡੀ ਸੋਚ ਦੇ ਰਿਹਾ ਹੈ ਉਹ ਪਹਿਲੀ ਗੱਲ ਇਹ ਕਹਿ ਰਿਹਾ ਸਾਨੂੰ ਕਿ ਦੇਖੋ ਇਹ ਰਾਜਨੀਤੀ ਦੇ ਮਸਲੇ ਹੁੰਦੇ ਨੇ ਇਹ ਮਸਲੇ ਕੋਈ ਲੀਗਲ ਨਹੀਂ ਹੋਇਆ ਕਰਦੇ ਇਕਨੋਮਿਕ ਨਹੀਂ ਨਹੀਂ ਲੀਗਲ ਇਕਨੋਮਿਕ ਨਹੀਂ ਹੈ ਲੀਗਲ ਨਹੀਂ ਹੈ ਇਹਨੂੰ ਬ੍ਰੇਕ ਕਰਕੇ ਨਾ ਦੇਖੋ ਹਾਂ ਇਹਨਾਂ ਜਣਾ ਜਾਓ ਕਿਉਂਕਿ ਇਹ ਰਾਜਨੀਤੀ ਕਿਹੜੀ ਹੈ ਜੇ ਲੋਕਾਂ ਦੇ ਨਾਲ ਜੁੜੀ ਹੋਈ ਰਾਜਨੀਤੀ ਹੈ ਤੇ ਉਹਦੇ ਲਈ ਇਹ ਜਿਹੜੇ ਐਕਟ ਨੇ ਸ਼ਾਇਦ ਨਾ ਬੰਦੇ ਉਹ ਸਾਡੀ ਇਹ ਕਹਿ ਰਹੇ ਨੇ ਵੀ ਲੋਕ ਤੁਸੀਂ ਰਾਜਨੀਤੀ ਕਿਹੜੀ ਕਰਨੀ ਹੈ ਉਹਦੇ ਬਾਰੇ ਸੋਚ ਲਓ ਆਪਣੇ ਕਿਹੜੀ ਰਾਜਨੀਤੀ ਨਾਲ ਜੁੜਨਾ ਹੈ ਉਹਦੇ ਬਾਰੇ ਸੋਚ ਲਓ ਪਹਿਲਾ ਤਾਂ ਤੁਹਾਨੂੰ ਇਹ ਉਹਨਾਂ ਨੇ ਲੈਸਨ ਦਿੱਤਾ ਕਿ ਇਹ ਪੋਲਿਟਿਕਸ ਹੋਇਆ ਕਰਦਾ ਹੈ ਇਹ ਖਾਲੀ ਲੀਗੈਲਿਟੀ ਔਰ ਉਹ ਨਹੀਂ ਹੈਗੀ ਇਕਨੋਮਿਕਸ ਮੈਂ ਸਮਝਦਾ ਬਹੁਤ ਵੱਡਾ ਮੈਸੇਜ ਹੈ ਦੂਜਾ ਇਸ ਨੇ ਦੱਸਿਆ ਕਿ ਜੀ ਨਾਨ ਵਾਇਲੈਂਸ ਜਿਹੜੀ ਹੈ ਇਹ ਹਮੇਸ਼ਾ ਹੀ ਬੜਾ ਪ੍ਰੂਵਨ ਟੈਕਟਿਕਸ ਹੈ ਔਰ ਸਟ੍ਰੈਟਜੀ ਹੈ ਕਿ ਸਟੇਟ ਨੂੰ ਐਮਪਾਵਰ ਨਾ ਕਰਨ ਦੀ ਤੋਰੇ ਦੇ ਵਾਇਲੈਂਟ ਹੋ ਜੋ ਸਟੇਟ ਨਾਲ ਹੀ ਏਮਪਾਵਰ ਹੋ ਜਾਂਦੀ ਹੈ ਸਟੇਟ ਦੀ ਕਪੈਸਿਟੀ ਬਰੂਟਲ ਹੋਣ ਦੀ ਬਹੁਤ ਜ਼ਿਆਦਾ ਹੁੰਦੀ ਹੈ ਹੋਰ ਤੁਹਾਡੇ ਕੋਲ ਕਪੈਸਿਟੀ ਨਹੀਂ ਹੈ ਕਿ ਉਹਨੂੰ ਸਸਟੇਨ ਕਰ ਸਕੋ ਵਾਇਲੈਂਟ ਮੂਵਮੈਂਟ ਨੂੰ ਲੰਬੇ ਸਮੇਂ ਤੱਕ ਇਹਨਾਂ ਨੇ ਲੈਸਨ ਇਹ ਦਿੱਤਾ ਬੜਾ ਔਰ ਪ੍ਰੂਵ ਕੀਤਾ ਹੈ ਇਸ ਲੈਸਨ ਦੇ ਨਾਲ ਔਰ ਉਹਦੇ ਨਾਲ ਇੱਕ ਡਾਇਲੌਗ ਵੀ ਜਾਰੀ ਰੱਖਿਆ ਦੇਖੋ ਇਹਦੇ 'ਚ ਇਹ ਨਹੀਂ ਹੈ ਕਿ ਇਹਨਾਂ ਨੇ ਨਾਨ ਵਾਇਲੈਂਟ ਮੂਵਮੈਂਟ ਕਰਕੇ ਕਿਹਾ ਡਾਇਲੌਗ ਨਹੀਂ ਕਰਾਂਗੇ ਇੱਕ ਡਾਇਲੌਗ ਵੀ ਚੱਲ ਰਿਹਾ ਹੈ ਉਹਨਾਂ ਨੇ ਉਸ ਡਾਇਲੌਗ ਨੂੰ ਬਾਇਕਾਟ ਨਹੀਂ ਕੀਤਾ ਉਹਨਾਂ ਨੇ ਸਟੇਟ ਦੇ ਜਿਹੜੇ ਸਿੰਬਲ ਨੇ 26 ਜਨਵਰੀ ਉਹਨਾਂ ਨੂੰ ਡਿਸੋ ਨਹੀਂ ਕੀਤਾ ਸਟੇਟ ਦੇ ਜਿਹੜੇ ਫ੍ਰੀडम ਸਟਰਗਲ ਦੇ ਸਿੰਬਲ ਨੇ ਉਹਨਾਂ ਨੂੰ ਅੱਗੇ ਲੈ ਕੇ ਆਂਦਾ ਸਟੇਟ ਹੁੰਦੀ ਕੌਣ ਹੈ ਤਿਰੰਗੇ ਤੇ ਕਬਜ਼ਾ ਦੱਸਣ ਵਾਲੀ ਇਹ ਲੋਕਾਂ ਦਾ ਝੰਡਾ ਹੈ ਹਾਂ ਉਹ ਇਹਨਾਂ ਨੇ ਬਿਲਕੁਲ ਸਾਹਮਣੇ ਲੈ ਕੇ ਆਂਦਾ ਔਰ ਤੀਸਰੀ ਗੱਲ ਇਹਨਾਂ ਨੇ ਜਿਹੜੀ ਗੱਲ ਸਾਰੇ ਅੱਗੇ ਲੈ ਕੇ ਆਂਦੀ ਕਿ ਗੱਲ ਸਾਨਾ ਵੱਡੀ ਹੈ ਡਿਸਟ੍ਰੀਬਿਊਟਿਵ ਜਸਟਿਸ ਦੀ ਤੁਸੀਂ ਇਹ ਲੌਜੀਕ ਜਿਹੜੇ ਇਕਨੋਮਿਸ ਦਿੰਦੇ ਨੇ ਕਿ ਸਾਡੀਆਂ ਮਾਰਕੀਟ ਕਲੌਗ ਹੋ ਗਈਆਂ ਸਾਡੇ ਸਾਡੇ ਕੋਲ ਇੰਨਾ ਅਨਾਜ ਹੈ ਕਿ ਪੁੱਛੋ ਹੀ ਨਾ ਦੂਜੀ ਗੱਲ ਪਾਣੀ ਦਾ ਲੈਵਲ ਥੱਲੇ ਜਾ ਰਿਹਾ ਹੈ ਇਸ ਕਰਕੇ ਡਾਇਵਰਸੀਫਾਈ ਕਰ ਲੋ ਇਹਨਾਂ ਨੇ ਇਹ ਗੱਲ ਲੋਕ ਪੰਚਾਇਤ ਹੀ ਉਤੇ ਕਿ ਜੇ ਸੋਸ਼ਲ ਡੈਮੋਕਰਟ ਪਾਵਰ ਛੋਂਦੇ ਜਾਂ ਆਣ ਤੇ ਉਹ ਜਿਹੜਾ ਇੱਕ ਮੈਸੇਜ ਲੈ ਕੇ ਜਾਣਗੇ ਇੱਕ ਨਵੀਂ ਪਾਰਟੀ ਦਾ ਉਹਦੇ ਚ ਇਹ ਹੋਏਗਾ ਕਿ ਮਾਰਕੀਟ ਦੀ ਕੈਲਸਨੈਸ ਨੂੰ ਮੋਡਰੇਟ ਕਿਦਾਂ ਕਰਨਾ ਕੋਈ ਹੋਣੀ ਪਾਰਟੀ ਸੋਸ਼ਲ ਡੈਮੋਕਰਟ ਥੋੜੀ ਐਕਸਪਲੈਨ ਕਰਦੀ ਹੈ ਮੈਨੂੰ ਲੱਗਦਾ ਯੂਰਪੀਅਨ ਪੋਲਿਟਿਕਸ ਦੇ ਜਿਹੜੇ ਟਰਮ ਜਰਾ इजीली ਸਮਝੇ ਚ ਆ ਜਾਂਦੀ ਹੈ ਅ ਵੈਸੇ ਮੋਟੀ ਮੋਟੀ ਤੇ ਟ੍ਰਾਂਸਲੇਸ਼ਨ ਹੁੰਦੀ ਹੈ ਵੀ ਚੰਗੇ ਲੋਕ ਲੋਕਾਂ ਦੇ ਸਰੋਕਾਰਾਂ ਨਾਲ ਜੁੜੇ ਲੋਕ ਸਮਾਜ ਨੂੰ ਸਮਝਣ ਵਾਲੇ ਲੋਕ ਸਿਰਫ ਜ਼ਮੀਨ ਦੇ ਵਿੱਚੋਂ ਜ਼ਿਆਦਾ ਪੈਦਾਵਾਰ ਲੈਣੀ ਹੈ ਕਿ ਜ਼ਮੀਨ ਦੇ ਟੁਕੜੇ ਦੇ ਉੱਤੇ ਜ਼ਿਆਦਾ ਲੋਕਾਂ ਦੇ ਬੱਚੇ ਆਪਣੀਆਂ ਜ਼ਿੰਦਗੀਆਂ ਨੂੰ ਜ਼ਿਆਦਾ ਬਿਹਤਰ ਬਣਾ ਸਕਦੇ ਨੇ ਬਸ ਇਸੇ ਫਰਕ ਦੇ ਵਿੱਚ ਐਨਆਈ ਹੈ ਇਹ ਸੋਸ਼ਲ ਡੈਮੋਕ੍ਰੇਸੀ ਹੈ ਇਹ ਸੋਸ਼ਲ ਔਰ ਇੱਥੇ ਜਿਹੜਾ ਪ੍ਰੂਵ ਕਰਤਾ ਉਹਨਾਂ ਨੇ ਇਹ ਗੱਲ ਕਹਿ ਕੇ ਕਿ ਜਿਹੜੀਆਂ ਅੱਜ ਦੀਆਂ ਰਾਜਨੀਤਿਕ ਦਲ ਨੇ ਉਹ ਉਨਾਂ ਨੂੰ ਉਹਨਾਂ ਨੇ ਅੰਦਰ ਨਹੀਂ ਆ ਤਾਂ ਲੀਡਰਸ਼ਿਪ ਨਹੀਂ ਦਿੰਦੀ ਇਹ ਕਹਿ ਕੇ ਇਹ ਤੁਹਾਨੂੰ ਸਿੱਧਾ ਮੈਸੇਜ ਇਹ ਹੈ ਕਿ ਇਹਦਾ ਆਲਟਰਨੇਟਿਵ ਵੀ ਸਾਨੂੰ ਲੱਭਣਾ ਚਾਹੀਦਾ ਹੈ ਤੇ ਮੈਂ ਸਮਝਦਾ ਇਹ ਸਾਡੇ ਲਈ ਬਹੁਤ ਵੱਡਾ ਇੱਕ ਲੈਸਨ ਹੈ ਕਿ ਅਸੀਂ ਇੱਕ ਆਲਟਰਨੇਟ ਰਾਜਨੀਤੀ ਜਿਹਦੇ ਚ ਪ੍ਰੋਡਕਸ਼ਨ ਦੇ ਪ੍ਰੋਸੈਸ ਦੀ ਗੱਲ ਨਾ ਕਰੀਏ ਅਸੀਂ ਲੋਕਾਂ ਨੂੰ ਕਿੱਦਾਂ ਇਨ ਸੌਫ ਦੇਣਾ ਹੈ ਕਿਦਾਂ ਉਹਨਾਂ ਨੂੰ ਉਹਨਾਂ ਦੇ ਲਿਵਿੰਗ ਕੰਡੀਸ਼ਨ ਨੂੰ ਇੰਪਰੂਵ ਕਰਨਾ ਉਸ ਤਰ੍ਹਾਂ ਦੀ ਰਾਜਨੀਤੀ ਨੂੰ ਅੱਗੇ ਲੈ ਕੇ ਆਈਏ ਜਿਹੜੀ ਲੋਕਾਂ ਨਾਲ ਜੁੜੀ ਹੋਈ ਰਾਜਨੀਤੀ ਅਸੀਂ ਹਮੇਸ਼ਾ ਸਮਝਦੇ ਸੀ ਕਿ ਕੁਝ ਵੀ ਹੋਮੋਜਨਸ ਨਹੀਂ ਹੁੰਦਾ ਇੱਕ ਤਾਂ ਮਤਲਬ ਕਿਸਾਨ ਤੇ ਸਰਟਨਲੀ ਕਦੇ ਸੀ ਹੋਮੋਜਨਸ टर्म ਦਿੱਤੇ ਨਹੀਂ ਸੋਚੀ ਸੀ ਫਾਰਮ ਲੇਬਰ ਹੁੰਦਾ ਕਿਸਾਨ ਹੁੰਦਾ ਕਾਮਾ ਹੁੰਦਾ ਫਿਰ ਸਮਾਲ ਫਾਰਮਰ ਹੈ ਮਾਰਜਨਲ ਫਾਰਮਰ ਹੈ ਵੱਡਾ ਫਾਰਮਰ ਹੈ ਫਿਰ ਐਨਸੀਲਰੀ ਜੌਬਸ ਵਾਲੇ ਨੇ ਜਿਹੜੇ ਕਿਸਾਨੀ ਤੰਦੇ ਦੇ ਨਾਲ ਜੁੜੇ ਹੋਏ ਨੇ ਉਸੋ ਬਿਨਾਂ ਫਿਰ ਆਰਤੀ ਆ ਸ਼ਾਹੂਕਾਰ ਹੈ ਜਦੀ ਰੂਪਕਾਰੀ ਜਿਹੜੀ ਹੈ ਪੰਜਾਬੀ ਨਾਵਲਾਂ ਕਵਿਤਾਵਾਂ ਵਿੱਚ ਬੜੀ ਖਤਰਨਾਕ ਸੁਣਦੀ ਹੈ ਨਾਉ ਦੇ ਆਲ ਇਨ ਸੋਲੀਡੈਰਿਟੀ ਹੁਣ ਉਹ ਸਾਰੇ ਜੁੜ ਕੇ ਉੱਥੇ ਲੜਾਈ ਲੜ ਰਹੇ ਨੇ ਮਤਲਬ ਦਿੱਲੀ ਦੇ ਬਾਰਡਰ ਤੇ ਜਿਸ ਤਰੀਕੇ ਨਾਲ ਲੋਕ ਰਹਿ ਰਹੇ ਨੇ ਕਈ ਵਾਰੀ ਜਿੰਨਾ ਕੋ ਸਮਾ ਵਿੱਚ ਉੱਥੇ ਗੁਜ਼ਾਰਦਾ ਮਤਲਬ ਜ਼ਿਆਦਾਤਰ ਟਿਕਰੀ ਬਾਰਡਰ ਵਾਲੇ ਪਾਸੇ ਤੇ ਉਹ ਜਦੋਂ ਸੀ ਕਿਤਾਬਾਂ ਵਿੱਚ ਪੜ੍ਹਦਾ ਸੀ ਕਮਿਊਨ ਵਿੱਚ ਕਿਵੇਂ ਰਿਹਾ ਜਾਂਦਾ ਹੈ ਇਹ ਕਮਿਊਨ ਵਿੱਚ ਉੱਥੇ ਉਹ ਰਹਿ ਰਹੇ ਨੇ ਦ ਸੈਂਸ ਆਫ ਸ਼ੇਅਰਿੰਗ ਇੰਨੀ ਜ਼ਿਆਦਾ ਹੈ ਅਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਆਲਮੋਸਟ ਮੈਨੂੰ ਲੱਗਦਾ ਇਹੀ ਸ਼ਬਦ ਇਹ ਦੇਣੇ ਚਾਹੀਦੇ ਨੇ ਕਿਉਂਕਿ ਯੂਨੀਵਰਸਿਟੀ ਖੁੱਲੀ ਹੋਈ ਐ ਤੇ ਉਸ ਯੂਨੀਵਰਸਿਟੀ ਵਿੱਚ ਇਹ ਸਾਰੇ ਪੜ ਰਹੇ ਨੇ ਤੇ ਉਹ ਯੂਨੀਵਰਸਿਟੀ ਸਿਆਸਤ ਤੋਂ ਜਾਣੂ ਨਵੀਂ ਕਿਸਮ ਦੇ ਗ੍ਰੈਜੂਏਟ ਪੈਦਾ ਕਰ ਰਹੀ ਐ ਜਿਹੜੇ ਇਹ ਸਾਰਾ ਸਿਆਸਤ ਦੀਆਂ ਕੁੰਡੀਆਂ ਨੂੰ ਹੁਣ ਸੁਖਾਲੇ ਤਰੀਕੇ ਨਾਲ ਸਮਝ ਗਏ ਨੇ ਵਾਂਸ ਇਹ ਇਹ ਸਾਰਾ ਜਿਹੜਾ ਹਜੂਮ ਐ ਇਹ ਕਿਸੇ ਨਾ ਕਿਸੇ ਤਰੀਕੇ ਵਾਪਸ ਆਏਗਾ ਸ਼ਾਇਦ ਲੰਬੇ ਸਮੇਂ ਬਾਅਦ ਸ਼ਾਇਦ ਜਲਦੀ ਸ਼ਾਇਦ ਸਰਕਾਰ ਇੱਕ ਵਾਰੀ ਗੁੱਡੇ ਟੇਕੇ ਵਾਟ ਆਈ ਵਾਸ ਆਸਕਿੰਗ ਇਸ ਕੀ ਕੁਝ ਬਹੁਤ ਵੱਡਾ ਬਦਲੇਗਾ ਸਾਡੀ ਸਿਆਸਤ ਵਿੱਚ ਸੈਕੰਡ ਦੀ ਜਿਹੜਾ ਫੋਕਸ ਆਇਆ ਲੈਂਡ ਦੇ ਉੱਤੇ ਐਗਰੀਕਲਚਰ ਦੇ ਉੱਤੇ ਇਹ ਕੇ ਵੀ ਤਾਂ ਦਿਖਾ ਰਿਹਾ ਹੈ ਕਿ ਅੱਜ ਨਹੀਂ ਤਾਂ ਕੱਲ ਕਾਰਪੋਰੇਟ ਵਿਲ ਨਾਟ ਗਿਵ ਅਪ ਸੋ इजीली ਹੋ ਸਕਦਾ ਇਸ ਵਾਰੀ ਤਿੰਨ ਕਿਤੇ ਕਿਨੂੰ ਨਾ ਲਾਗੂ ਕਰ ਸਕਣ ਹੋ ਸਕਦਾ ਸੋਧਾ ਇਨੀਆਂ ਕਰਨੀਆਂ ਪੈ ਜਾਣ ਕਿ ਉਹ ਉਸ ਕੰਮ ਦੇ ਹੀ ਨਾ ਰਹਿਣ ਜਿਸ ਪਰਪਸ ਲਈ ਉਹ ਬਣਾਏ ਗਏ ਸੀ ਬਟ ਇਵੈਂਚੁਅਲੀ ਐਗਰੀਕਲਚਰ ਤੇ ਉਹਨਾਂ ਦੀ ਅੱਖ ਹੈ ਤੇ ਲੈਂਡ ਇਜ਼ ਦਾ ਨੈਕਸਟ ਬਿਗ ਅਸੈਟ ਅੱਜ ਦਸ ਸਾਲ ਬਾਅਦ 20 ਸਾਲ ਬਾਅਦ ਵੀ ਵਿਲ ਸੀ ਬਲਡਸ਼ੈਕ ਜਿਹੜੀ ਪਹਿਲੇ ਗੱਲ ਕੀਤੀ ਹੈ ਕਿ ਜਿਹੜਾ ਲੈਂਡ ਦਾ ਮਸਲਾ ਸੀ ਜਿਹੜਾ ਐਗਰੀਕਲਚਰ ਦਾ ਮਸਲਾ ਸੀ ਇਹ 1980s ਸੇ ਹੀ ਨਜ਼ਰ ਹੈ ਉਥੇ ਉਦੋਂ ਤੋਂ ਲੈ ਕੇ ਨਜ਼ਰ ਹੈ ਦੇ ਆਰ ਨਾਟ ਗਿਵਿੰਗ ਅਪ ਦੇ ਆਰ ਨਾਟ ਗਿਵਿੰਗ ਅਪ ਔਰ ਇਹਦੇ ਚ ਜਿਹੜਾ ਤੁਸੀਂ ਸੋਚਿਆ ਵੀ ਲੈਂਡ ਜਿਹੜੀ ਹੈ ਉਹਦੇ ਰਾਹੀਂ ਰਾਜਨੀਤੀ ਕਰਨਾ ਜਾਂ ਉਹਦੇ ਰਾਹੀਂ ਪ੍ਰੋਫਿਟ ਲੈਣਾ ਇਹ ਜਿਹੜੇ ਕਾਰਪੋਰੇਟ ਹੈ ਜਿੱਥੇ ਪ੍ਰੋਫਿਟ ਹੈ ਉਥੇ ਜਾਣਗੇ ਕੈਪੀਟਲ ਉਥੇ ਹੀ ਫਲੋ ਕਰਦਾ ਹੁਣ ਸਿਰਫ ਮੁੱਦਾ ਜਿਹੜਾ ਮੈਨੂੰ ਲੱਗਦਾ ਹੈ ਇਹਦੇ ਬਾਰੇ ਸਮਝਣ ਦੀ ਲੋੜ ਹੈ ਕਿ ਇਹ ਜਿਹੜੇ ਕਿ इंसਾਨੀ ਦਾ ਇਹ ਅੰਦੋਲਨ ਸੀ ਇਹਨੇ ਸਾਨੂੰ ਸਾਰੀ ਪਾਥ ਆਫ ਡਿਵੈਲਪਮੈਂਟ ਵੱਲ ਦੁਬਾਰਾ ਸੋਚਣ ਲਈ ਮਜਬੂਰ ਕੀਤਾ ਹੈ ਇਹ ਖਾਲੀ ਉਹ ਗੱਲ ਨਹੀਂ ਤਿਹੜਾ ਤੁਸੀਂ ਕਹਿੰਦੇ ਇੱਥੇ ਯੂਨੀਵਰਸਿਟੀ ਬਣ ਗਈ ਉੱਥੇ ਯੂਨੀਵਰਸਿਟੀ ਬਣ ਗਈ ਸਾਨੂੰ ਐਜੂਕੇਟ ਕਰਨ ਲਈ ਜਿਹੜੇ ਅਸੀਂ ਆਲਰੇਡੀ ਐਜੂਕੇਟਡ ਹਾਂ ਹਾਂ ਜਿਹੜੇ ਅਸੀਂ ਆਪਣੇ ਆਪ ਨੂੰ ਆਪਣੇ ਲਿਖੇ ਗਏ ਆਪਣੇ ਲਿਖੇ ਸਮਝ ਆ ਉਹ ਤਾਂ ਐਜੂਕੇਟਡ ਹੀ ਹੈ ਨਹੀਂ ਨਹੀਂ ਸਮਝ ਤਾਂ ਉਧਰੋਂ ਆ ਰਹੀ ਹੈ ਸਮਝ ਉਧਰੋਂ ਆ ਰਹੀ ਹੈ ਸਮਝ ਉਧਰੋਂ ਆ ਰਹੀ ਹੈ ਅਸੀਂ ਇਹਦੇ ਰੋ ਸਮਝ ਭੇਜਦੇ ਸੀ ਮੋਰਚਿਆਂ ਤੇ ਹਾਂ ਅਸੀਂ ਉੱਥੋਂ ਸਮਝ ਇਹ ਆ ਰਹੀ ਹੈ ਕਿ ਜਿਹੜਾ ਅਸੀਂ ਰਸਤਾ ਲਿਆ ਹੈ ਹੂੰ ਕੀ ਉਹ ਸਹੀ ਸੀ ਕਿ ਗਲਤ ਸੀ ਹੂੰ ਜਿਹੜਾ ਅਸੀਂ ਰਸਤਾ ਲਿਆ ਡਿਵੈਲਪਮੈਂਟ ਦਾ ਉਹਦੇ ਵਿੱਚ ਕਿਹੜੇ ਬਦਲਾਅ ਆਣੇ ਚਾਹੀਦੇ ਨੇ ਕਿ ਉਹ ਲੋਕਪੱਖੀ ਹੋ ਜਾਏ। ਸੋ ਭਾਵੇਂ ਉਹ ਨਹੀਂ ਕਹਿ ਰਹੇ ਪਰ ਇਹ ਮੰਗ ਵਿੱਚੇ ਹੀ ਸ਼ਾਮਲ ਹੈ ਕਿ ਸਰਕਾਰ ਐਜੂਕੇਸ਼ਨ ਵਿੱਚ ਪੈਸਾ ਲਾਏ, ਸਰਕਾਰ ਸਿਹਤ ਵਿੱਚ ਪੈਸਾ ਲਾਏ, ਸਰਕਾਰ ਲੋਕਾਂ 'ਚ ਪੈਸਾ ਲਾਏ। ਇਹ ਤਿੰਨ ਖੇਤੀ ਵਿਲਾ ਦੇ ਨਾਲ ਇਹ ਮੰਗ ਤਾਂ ਉੱਥੇ ਸ਼ਾਮਲ ਹੈ। ਪਰ ਉਹਨਾਂ ਨੂੰ ਵੱਡੇ ਰੂਪ 'ਚ ਨਹੀਂ ਦਿੱਸਦੀ। ਇਹ ਮੈਸੇਜ ਆ ਰਿਹਾ ਇਹਨਾਂ ਨੇ ਲੌਂਗ ਟਰਮ ਲਈ ਸਾਨੂੰ ਸੋਚਣ ਲਈ ਮਜਬੂਰ ਕਰਤਾ। ਇਹ ਮੂਵਮੈਂਟ ਨੇ ਇਹ ਨਹੀਂ ਅੱਜ ਉਹਦੇ 'ਚ ਐਕਟ ਵਾਪਸ ਹੋ ਜਾਣ, ਨਾ ਹੋ ਜਾਣ। ਹਾਂ ਇਹਨਾਂ ਨੇ ਇੱਕ ਨਵੀਂ ਸੋਚ ਵੱਲ ਇੱਕ ਇਸ਼ਾਰਾ ਕੀਤਾ। ਕਿ ਦੇਸ਼ ਦੇ ਜਿਹੜੇ ਸੋਚਣ ਵਾਲੇ ਲੋਕ ਨੇ ਇਸ ਵੱਲ ਸੋਚਣ ਪਰ ਮੈਂ ਸਮਝਦਾ ਕਿ ਇਹ ਮੂਵਮੈਂਟ ਜਿਹੜੀ ਹੈ ਇਹ ਜਿਹ ਪਹਿਲਿਆਂ ਦੀ ਸੀ ਉਦੋਂ ਪਹਿਲੇ ਸੋਚਣ ਲੱਗ ਜਾਂਦੇ ਇਸ ਕਰਕੇ ਮੈਂ ਤਾਂ ਇਹਨਾਂ ਦਾ ਇਸ ਕਰਕੇ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੂੰ ਇਹਨਾਂ ਨੇ ਸਾਨੂੰ ਸਹੀ ਪਾਸੇ ਸੋਚਣ ਲਈ ਇੱਕ ਦਿਸ਼ਾ ਦਿੱਤੀ ਹੈ ਉਹਦਾ ਨਤੀਜਾ ਕੁਝ ਵੀ ਹੋਏਗਾ ਆਉਣ ਵਾਲੇ ਸਮੇਂ ਵਿੱਚ ਉਹ ਦੇਖੇਗਾ ਸਮਨ ਹੈਸ ਟੂ ਵੇਨ ਇਲੈਕਸ਼ਨਸ ਕਿਸੇ ਨੇ ਚੋਣਾ ਵੀ ਧਾਣੀਆਂ ਨੇ ਤੇ ਕਿਸੇ ਨੇ ਚੋਣਾ ਜਿਤਨੀਆਂ ਨੇ ਤੇ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੋਂ ਤਾਂ ਜੇ ਕੋਈ ਸੜਕ ਇਹੋ ਜੀ ਜਾਂਦੀ ਨਹੀਂ ਦਿਸਦੀ ਜਿੱਥੇ ਜਾ ਕੇ ਚੋਣਾ ਜਿਤਿਆ ਜਾਣ ਪਰ ਅ 빅 ਟਿਕਟ ਟਾਕਿੰਗ ਪੁਆਇੰਟਸ ਕੀ ਹੋਣਗੇ ਕਿਉਂਕਿ ਛੇਤੀ ਉਹ ਸਮਾਂ ਵੀ ਆਨ ਆਲਾ ਹੈ ਤਾਂ ਲੱਗਦਾ ਥੋੜਾ ਜਿਹਾ ਹਿੰਦੂਤਵਾ ਥੋੜੀ ਜੀ ਅਪੀਜ਼ ਕੁਝ ਫੋਟੋ ਆਪਸ ਕਾਫੀ ਬੰਦਿਆਂ ਨੂੰ ਵੈਕਸੀਨ ਲੱਗ ਜਾਏਗਾ ਵੱਡੇ ਲੈਵਲ ਦੇ ਉੱਤੇ ਟੀਕਾਕਰਨ ਹੋ ਜਾਏਗਾ ਮੋਦੀ ਜੀ ਨੇ ਕਰੋਨਾ ਭਗਾ ਦਿਆ ਵਾਲੀ ਵੀ ਇੱਕ ਨੈਰੇਟਿਵ ਹੋਵੇਗਾ ਇੱਕ ਬਹੁਤ ਵੱਡਾ ਭਵਯਾ ਰਾਮ ਮੰਦਿਰ ਬਣ ਜਾਵੇਗਾ ਔਰ ਇਨਸ਼ਾਅੱਲਾ ਜ਼ਰੂਰ ਬਣੇ ਕਿਉਂ ਨਹੀਂ ਔਰ ਇੱਕ ਸ਼ਾਨਦਾਰ ਪਾਰਲੀਮੈਂਟ ਵੀ ਬਣ ਜਾਏਗੀ ਜਿਤੇ ਮੋਦੀ ਜੀ ਆਈ ਐਮ ਸ਼ੋਰ ਕਿ ਜਾ ਕੇ ਉਵੇਂ ਹੀ ਮੱਥਾ ਟੇਕਣਗੇ ਤੇ ਉਹ ਵੀ ਇੱਕ ਬੜੀ ਜ਼ਬਰਦਸਤ ਫੋਟੋ ਆਪ ਹੋਏਗੀ ਸ਼ਾਇਦ ਜੋ ਬਾਈਡਨ ਜੀ ਵੀ ਆ ਜਾਣ ਉਸ ਵੇਲੇ ਤੱਕ ਕਰੋਨਾ ਦਾ ਖਤਰਾ ਨਹੀਂ ਹੋਏਗਾ ਤੇ ਜਫੀ ਪਾ ਕੇ ਮਿਲ ਲੈਣਗੇ ਚਾਚੀ ਕਮਲਾ ਹੈਰਿਸ ਜੀ ਵੀ ਸਾੜੀ ਪਾ ਕੇ ਆ ਜਾਣਗੇ ਤੇ ਭਾਰਤ ਮਹਾਨ ਹੋਗਾ ਤੇ ਇਹਦੇ ਬਿਸਿਸ਼ਤੇ ਇਲੈਕਸ਼ਨਾਂ ਜਿੱਤੀਆਂ ਜਾਣਗੀਆਂ ਕਿ ਕਿਸਾਨ ਅੰਦোলন ਨੈਕਸਟ ਇਲੈਕਸ਼ਨਾਂ ਦੇ ਵਿੱਚ ਇੱਕ ਬਿਗ ਟਿਕਟ ਮੁੱਦਾ ਹੋਵੇਗਾ ਐਂਡ ਸਮਬਡੀ ਵਿਲ ਹੈਵ ਟੂ ਪੇ ਦਾ ਪ੍ਰਾਈਸ ਦੇਖੋ ਗੱਲ ਇਹ ਹੈ ਕਿ ਜਿਹੜੀ ਰਾਜਨੀਤੀ ਹੈ ਤੇ ਜਿਹੜੀ ਇਲੈਕਸ਼ਨ ਦੀ ਰਾਜਨੀਤੀ ਹੈ ਇਹ ਦੋਨਾਂ ਨੂੰ ਮਿਲਾ ਕੇ ਨਾ ਵੇਖੋ ਮੈਂ ਇਹ ਕਹਿ ਰਿਹਾ ਕਿ ਜਿਹੜੀ ਰਾਜਨੀਤੀ ਹੈ ਇਹ ਜਿਹੜੀ ਸ਼ੁਰੂਆਤ ਹੋਈ ਹੈ ਇਹ ਸ਼ੁਰੂਆਤ ਇਹ ਨਹੀਂ ਕਿ ਆਉਣ ਵਾਲੇ ਇਲੈਕਸ਼ਨ ਚ ਇਹਦੇ ਤੁਹਾਨੂੰ ਰਿਜ਼ਲਟ ਨਜ਼ਰ ਆ ਜਾਣਗੇ ਕਿ ਆਉਣ ਵਾਲੇ ਇਲੈਕਸ਼ਨ ਬਿਲਕੁਲ ਹੋਰ ਅਲੱਗ ਤਰ੍ਹਾਂ ਦਾ ਆਲਟਰਨੇਟ ਅੱਗੇ ਓਵਰ ਕੇ ਆ ਜਾਏਗਾ ਮੈਨੂੰ ਸਮਝਦਾ ਇਹਨਾਂ ਨੇ ਜਿਹੜੀ ਇੱਕ ਨਰਸਰੀ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਇਸ ਬਾਰੇ ਵਿਚਾਰ ਹੋਣਾ ਪਏਗਾ ਇੱਕ ਪੈਰਲਲ ਥਾਟ ਅਮਰਜ ਹੋਏਗਾ ਹੂੰ ਉਰ ਉਹ ਅੱਗੇ ਚੱਲੇਗਾ ਤੁਸੀਂ ਇਲੈਕਸ਼ਨਾਂ ਚ ਦੇ ਰਿਜ਼ਲਟ ਹਾਲੇ ਨਾ ਸੋਚਿਆ ਨਹੀਂ ਜਲਦੀ ਨਾ ਕਰੋ ਮੈਨੂੰ ਲੱਗਦਾ ਵੀ ਆਪਾਂ ਬਹੁਤ ਹੀ ਜਲਦੀ ਕਰ ਜਾਵਾਂਗੇ ਜੇ ਸੋਚਾਂਗੇ ਵੀ ਇਸ ਵਿਚਾਰਧਾਰਾ ਜਿਹੜੀ ਹੁਣ ਅਮਰਜ ਹੋ ਰਹੀ ਹੈ ਉਹ ਆਉਣ ਵਾਲੀ ਇਲੈਕਸ਼ਨ ਦੇ ਹੋਰ ਅਗਲੀ ਅਗਲੀ ਸਿਆਸਤ ਬਣ ਕਰੇਗਾ ਉਹਦਾ ਕੋਈ ਇਹ ਫੈਸਲਾ ਸ਼ਾਇਦ ਇੱਥੇ ਅਜੇ ਹਲੇ ਇੰਤਜ਼ਾਰ ਕਰਨਾ ਹੈ ਉਹਦੇ ਬਾਰੇ ਇੱਕ ਲੰਬੀ ਸਟਰਗਲ ਹੈ ਬਾਕੀ ਤਿੰਨ ਖੇਤੀਬਿਲ ਸਟਰਗਲ ਹੈ ਤਿੰਨ ਖੇਤੀਬਿਲ ਵਾਪਸ ਹੋਣਗੇ ਜਾਂ ਨਹੀਂ ਇਹ ਨਹੀਂ ਪਤਾ ਇਹ ਨਹੀਂ ਪਤਾ ਸ਼ੁੱਕਰਵਾਰ ਨੂੰ ਨੀਦਰਲੈਂਡਸ ਦੇ ਵਿੱਚ ਡੱਚ ਨੀਦਰਲੈਂਡਸ ਦੇ ਵਿੱਚ ਜਿੱਥੇ ਇੱਕ ਕਾਨੂੰਨ ਬਣਾਏ ਗਏ ਸਨ ਜਿਨ੍ਹਾਂ ਨੇ ਸਾਬਤ ਕੀਤਾ ਸੀ ਕਿ ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਬੱਚਿਆਂ ਦੇ ਨਾਮ ਤੇ ਸਬਸਿਡੀਆਂ ਲਈਆਂ ਨੇ ਬੜੀਆਂ ਗਲਤ ਲਈਆਂ ਨੇ ਤੇ ਕਾਨੂੰਨਨ ਤਰੀਕੇ ਦੇ ਨਾਲ ਹਜ਼ਾਰਾਂ ਡਾਲਰ ਉਹਨਾਂ ਤੋਂ ਜ਼ਬਰਦਸਤੀ ਕਢਵਾ ਲਏ ਗਏ ਸੀਗੇ ਤੇ ਲੋਕ ਉੱਥੇ ਬਹੁਤ ਸਮੇਂ ਤੋਂ ਦੁਖੀ ਸਨ ਤੇ ਸ਼ਿਕਾਇਤ ਕਰ ਰਹੇ ਸਨ ਅੰਤ ਉਹਨਾਂ ਨੇ ਆਪਣੀ ਇੱਕ ਕਮੇਟੀ ਬਣਾਈ ਕਮੇਟੀ ਨੇ ਪ੍ਰਧਾਨ ਮੰਤਰੀ ਨੂੰ ਬੁਲਾ ਕੇ ਵੀ ਇਨਕੁਆਇਰੀ ਕੀਤੀ ਤੇ ਪਾਇਆ ਕਿ ਸਰਕਾਰੀ ਨੀਤੀਆਂ ਬਹੁਤ ਘਟੀਆਂ ਖਤਰਨਾਕ ਸਨ ਆਮ ਲੋਕਾਂ ਦਾ ਲਉ ਪੀਤਾ ਜਾ ਰਿਹਾ ਸੀ ਤੇ ਉਹਨਾਂ ਤੋਂ ਇਹ ਡਾਲਰ ਵਾਪਸ ਲਏ ਜਾ ਰਹੇ ਸਨ ਤੇ ਸਾਈਕਲ ਅਪਣਾਉਣਾ ਨੇ ਕੱਢਿਆ ਪ੍ਰਧਾਨ ਮੰਤਰੀ ਨੇ ਮਹਾਂਕ੍ਰਿਤਿਓਨ ਦਾ ਨਾਮ ਹੈ ਸ਼ੁੱਕਰਵਾਰ ਨੂੰ ਜਾ ਕੇ ਉਹ ਆਪਣੇ ਦੇਸ਼ ਦੇ ਰਾਸ਼ਟਰਪਤੀ ਜਿਹੜਾ ਉਥੇ ਕਿੰਗ ਹੁੰਦਾ ਉਹਦੇ ਕੋਲ ਸਾਈਕਲ ਚਲਾ ਕੇ ਗਏ ਨੇ ਜਾ ਕੇ ਆਪਣਾ ਅਸਤੀਫਾ ਦਿੱਤਾ ਤੇ ਬਾਹਰ ਆ ਕੇ ਉਹਨਾਂ ਨੇ ਕਿਹਾ ਜਿਹੜੀਆਂ ਆਸੀ ਪਾਲਿਸੀਆਂ ਬਣਾਈਆਂ ਸੀ ਜਿਹੜੀਆਂ ਮੇਰੇ ਥੱਲੇ ਚੱਲ ਰਹੀਆਂ ਸੀ ਇਹ ਲੋਕਾਂ ਦਾ ਲਹੂ ਪੀ ਰਹੀਆਂ ਸੀ ਤੇ ਉਹਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਹੀਆਂ ਸੀ ਅਸੀਂ ਸ਼ਰਮਸਾਰ ਹਾਂ ਇਸ ਕਰਕੇ ਅਸੀਂ ਇਹ ਕਾਨੂੰਨ ਵਾਪਸ ਲੈ ਰਹੇ ਹਾਂ ਤੇ ਹੁਣ ਹੁਣਾ ਸਾਰੇ ਪਰਿਵਾਰਾਂ ਨੂੰ ਅਸੀਂ 30 ਹਜ਼ਾਰ ਯੂਰੋ 30 ਹਜ਼ਾਰ ਯੂਰੋਜ਼ ਮਤਲਬ ਹੁੰਦਾ 3636 ਹਜ਼ਾਰ ਡਾਲਰ 3636 ਡਾਲਰ ਲਗਭਗ 26 27 ਲੱਖ ਰੁਪਇਆ ਹੋ ਗਿਆ ਤੁਸੀਂ ਬਾਕੀ ਦਾ ਅੰਦਾਜ਼ਾ ਲਗਾ ਲੈਣਾ ਸਰਕਾਰਾਂ ਜਦੋਂ ਪਾਲਿਸੀਆਂ ਵਾਪਸ ਲੈਂਦੀਆਂ ਨੇ ਜੇ ਲੋਕਾਂ ਦੀ ਸੋਚਣ ਤਾਂ ਫਿਰ ਲੈ ਵੀ ਲੈਂਦੀਆਂ ਨੇ ਤੇ ਜੇ ਅੜ ਜਾਣ ਤੇ ਫਿਰ ਸਿੰਗਲ ਬਾਰਡਰ ਤੇ ਡਿਗਰੀ ਬਾਰਡਰ ਦੇ ਉੱਤੇ ਸਾਡੇ ਯੋਧਿਆਂ ਦੇ ਨਾਲ ਉਹਨਾਂ ਨੂੰ ਖੈਨਾ ਪੈਂਦਾ ਅੰਦੋਲਨ ਦੇ ਵਿੱਚ ਅੱਗੇ ਕੀ ਹੋਵੇਗਾ will be with you ਅਜਲੀ ਨਹੀਂ ਧੰਨਵਾਦ ਤੇਰਾ ਬਰਾਕਾ